ਹਾਂਜੀ ਪਿਆਰੇ ਵਿਦਿਆਰਥੀਓ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਜਮਤ 9ਵੀਂ ਸਮਾਜਿਕ ਵਿਗਿਆਨ ਯਾਨੀ ਕਿ ਐਸਐਸਟੀ ਦੇ ਮਾਰਚ ਪ੍ਰੀਖਿਆ 2024 ਦੇ ਪੇਪਰ ਦੀ ਤਿਆਰੀ ਕਰਵਾਉਣ ਲੱਗੇ ਆਂਗਾ ਤਿਆਰੀ ਤੁਹਾਡੀ ਇਸ ਤਰ੍ਹਾਂ ਕਰਵਾਈ ਜਾਊਗੀ ਕਿ ਤੁਹਾਡੇ ਫੁੱਲ ਵੱਡਾ ਫੁੱਲ ਮਾਰਕਸ ਆ ਸਕਣ ਤਾਂ ਅੱਜ ਇਸ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਇੰਪੋਰਟੈਂਟ ਕੁਐਸਚਨ ਪੇਪਰ ਸ਼ੇਅਰ ਕਰਨ ਲੱਗੇ ਆਂਗਾ ਠੀਕ ਹੈ ਜੀ ਫੋਲੀ ਇੰਪੋਰਟੈਂਟ ਕੁਐਸਚਨ ਹੈਗਾ ਪੇਪਰ ਆ ਕਿਉਂਕਿ ਜਿੰਨੇ ਵੀ ਸਾਰੇ ਕੁਐਸਚਨ ਨੇਗੇ ਸਾਰੇ ਇੰਪੋਰਟੈਂਟ ਨੇਗੇ ਠੀਕ ਹੈ ਜੀ ਜਿਹੜੇ ਰਿਪੀਟ ਹੋ ਰਹੇ ਹੁੰਦੇ ਨੇਗੇ ਉਹ ਅਸੀਂ ਨੇ ਇਸ ਵੀਡੀਓ ਦੇ ਵਿੱਚ ਜਿਹੜੇ ਹੈ ਭਰ ਆ ਰਹੇ ਹੁਣੇ ਦੀ ਹੁਣੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਵੀਡੀਓ ਨੂੰ ਸ਼ੇਅਰ ਕਰ ਦੇਣਾ ਤਾਂ ਕਿ ਹੋਰਾਂ ਤੱਕ ਵੀ ਇਹ ਵੀਡੀਓ ਪਹੁੰਚ ਜਾਵੇ ਠੀਕ ਹੈ ਜੀ ਅੱਜ ਦੇ ਆਪਾਂ ਵੀਡੀਓ ਨੂੰ ਸ਼ੁਰੂ ਕਰਦੇ ਆਂਗੇ ਅਤੇ ਇਸ ਵੀਡੀਓ ਦੇ ਵਿੱਚ ਮੈਂ ਉਹੀ ਪੇਪਰ ਸ਼ੇਅਰ ਕਰਨ ਲੱਗਿਆਂਗੇ ਜਿਹੜਾ ਮੈਂ ਪਾਰਟ 1 ਦੇ ਵਿੱਚ ਕੀਤਾ ਸੀਗਾ ਪਰ ਪਾਰਟ 1 ਦੇ ਵਿੱਚ ਮੈਂ ਤੁਹਾਡੇ ਨਾਲ ਜਿਹੜੇ ਕੱਲੇ ਛੋਟੇ ਕਰਵਾਏ ਸੀਗੇ ਤੁਹਾਨੂੰ ਅਤੇ ਜਿਹੜੇ ਪਾਰਟ 2 ਦੇਖਣ ਆਏ ਨੇਗੇ ਤਾਂ ਉਹ ਥੋੜਾ ਜਿਹਾ ਵੀਡੀਓ ਨੂੰ ਅੱਗੇ ਕਰਕੇ ਦੇਖ ਲੈਣਾਗਾ ਜਿਨ੍ਹਾਂ ਨੇ ਪਾਰਟ 1 ਨਹੀਂ ਦੇਖਿਆ ਤਾਂ ਉਹ ਸ਼ੁਰੂ ਤੋਂ ਲੈ ਕੇ ਵੀਡੀਓ ਦੇ ਐਂਡ ਤੱਕ ਜ਼ਰੂਰ ਦੇਖਣਾ ਕਿਉਂਕਿ ਇਸ ਵੀਡੀਓ ਦੇ ਵਿੱਚ ਵੀ ਮੈਂ ਤੁਹਾਡੇ ਨਾਲ ਇੱਕ ਇੱਕ ਨੰਬਰਾਂ ਵਾਲੀ ਵੀ ਕਰਾਉਂਗਾ ਅਤੇ ਸਾਰਾ ਪੇਪਰ ਤੁਹਾਨੂੰ ਸੋਲਵ ਕਰਵਾਉਂਗਾ ਠੀਕ ਹੈ ਜੀ ਤਾਂ ਕੁੱਲ 80 ਮਾਰਕਸ ਤੁਹਾਡਾ ਪੇਪਰ ਆ ਮਾਰਚ 2024 ਭਾਗ ਊੜਾ ਸਮਾਂ ਦਿੱਤਾ ਹੋਊਗਾ ਤੁਹਾਨੂੰ ਹਾਂਜੀ ਪਹਿਲਾ ਕੁਐਸਚਨ ਹੈਗਾ ਸੁਨਾਮੀ ਕਿਹੜੀ ਭਾਸ਼ਾ ਦਾ ਸ਼ਬਦ ਹੈ ਜਿਹੜਾ ਸੁਨਾਮੀ ਆ ਉਹ ਕਿਹੜੀ ਭਾਸ਼ਾ ਦਾ ਸ਼ਬਦ ਹੈ ਸੁਨਾਮੀ ਹੈਗਾ ਇਹਨਾਂ ਦੇ ਵਿੱਚੋਂ ਆਪਾਂ ਦੇਖਦੇ ਜਾਗੇ ਤਾਂ ਹਾਂਜੀ ਉਹ ਹੈਗਾ ਜਾਪਾਨੀ ਦਾ ਜਾਪਾਨੀ ਭਾਸ਼ਾ ਦਾ ਸ਼ਬਦ ਹੈਗਾ ਸੁਨਾਮੀ ਦੂਜਾ ਹੈਗਾ ਸੋਰਾਸ਼ਟਰ ਕਿਸ ਰਾਜ ਵਿੱਚ ਸਥਿਤ ਹੈ ਆ ਜਿਹੜਾ ਦੂਜਾ ਕੁਸ਼ਨ ਹੈ ਵੈਰੀ ਵੈਰੀ ਇੰਪੋਰਟੈਂਟ ਹੈ ਇਸ ਨੂੰ ਚੰਗੀ ਤਰ੍ਹਾਂ ਕਰ ਲਿਓ ਇਹ ਇਹ ਹਰੇਕ ਸੈਂਪਲ ਪੇਪਰ ਦੇ ਵਿੱਚ ਰੀਪੀਟ ਹੋ ਰਿਹਾ ਜਿਹੜਾ ਸੋਰਾਸ਼ਟਰ ਹੈਗਾ ਇਹ ਗੁਜਰਾਤ ਰਾਜ ਦਾ ਠੀਕ ਜਿਹੀ ਰਾਜ ਦੇ ਵਿੱਚ ਸਥਿਤ ਹੈ ਇਸ ਤੋਂ ਤੀਜਾ ਹੇਠ ਲਿਖਿਆਂ ਵਿੱਚੋਂ ਕਿਹੜਾ ਜ਼ਿਲ੍ਹਾ ਕੋ ਮੰਤਰੀ ਸਰਾਧਨਾਂ ਨਹੀਂ ਲੱਗਦਾ ਠੀਕ ਹੈ ਜੀ ਕ ਮੰਤਰੀ ਸਰਾਧ ਦੇ ਨਾਲ ਜਿਹੜੇ ਨਹੀਂ ਲੱਗਦਾ ਉਹ ਦੱਸਣਾਗਾ ਇਹਨਾਂ ਦੇ ਵਿੱਚੋਂ ਨਹੀਂ ਲੱਗਦਾ ਉਹ ਹੈਗਾ ਲੁਧਿਆਣਾ ਆ ਜਿਹੜੇ ਸਾਰੇ ਨੇਗੇ ਕ ਮੰਤਰੀ ਸਰਾਧਨਾਂ ਲੱਗਦੇ ਨੇ ਠੀਕ ਹੈ ਜੀ ਇਸ ਤੋਂ ਬਾਅਦ ਆਏਗਾ ਤੁਹਾਡਾ ਚੌਥਾ ਭਾਰਤ ਵਿੱਚ ਪਛਮੀ ਘਾਟ ਦੇ ਦਰੇ ਹਨ ਭਾਰਤ ਵਿੱਚ ਪਛਮੀ ਘਾਟ ਦੇ ਆਪਣੇ ਦਰੇ ਦੱਸਣ ਇਹਨਾਂ ਦੇ ਵਿੱਚ ਕਿਹੜੇ ਨੇਗੇ ਤਾਂ ਜਿਹੜਾ ਚੌਥੇ ਦਾ ਆਨਸਰ ਹੈ ਤੁਹਾਡਾ ਉਹ ਆਜੂਗਾ ਇਹ ਸਾਰੀ ਨਹੀਂਗੇ ਠੀਕ ਹੈ ਜੀ ਤਾਂ ਇਹ ਸਾਰੇ ਸਸਾ ਆਪਸ਼ਨ ਆ ਗਈ ਪੰਜਵਾਂ ਹੇਟ ਲਿਕਾਂ ਵਿੱਚੋਂ ਕਿਹੜਾ ਉਤਪਾਦਨ ਨਹੀਂ ਹੈ ਇਹਨਾਂ ਦੇ ਵਿੱਚੋਂ ਕਿਹੜਾ ਉਤਪਾਦਨ ਨਹੀਂ ਹੈਗਾ ਉਹ ਦੱਸਣਾ ਉਹ ਹੈਗਾ ਬਾਜ਼ਾਰ ਨਹੀਂ ਹੈਗਾ ਠੀਕ ਹੈ ਜੀ ਇਸ ਤੋਂ ਬਾਅਦ ਸਿਮਾਗਾ ਭਾਰਤ ਦਾ ਸਭ ਤੋਂ ਜ਼ਿਆਦਾ ਗਰੀਬ ਰਾਜ ਕਿਹੜਾ ਹੈ ਇਹਨਾਂ ਦੇ ਵਿੱਚੋਂ ਆਪਾਂ ਜੇਕਰ ਦੇਖੀਏ ਵੀ ਨੇ ਕਿਹੜਾ ਸਭ ਤੋਂ ਜ਼ਿਆਦਾ ਗਰੀਬ ਵਾਲਾ ਰਾਜ ਹੈਗਾ ਆਪਾਂ ਚਾਰਾਂ ਦੀ ਗੱਲ ਕਰੀਏ ਚਾਰਾਂ ਦੇ ਵਿੱਚੋਂ ਗਰੀਬ ਗਰੀਬ ਹੈਗਾ ਸਭ ਤੋਂ ਤਾਂ ਉਹ ਹੈਗਾ ਬਿਹਾਰ ਯਾਨੀ ਕਿ ਉੜਾ ਆਪਸ਼ਨ 7 ਮਾ ਫਰਾਂਸੀ ਠੀਕ ਹੈ ਜੀ ਕ੍ਰਾਂਤੀ ਕਦੋਂ ਆਈ ਏ ਫਰਾਂਸੀ ਕ੍ਰਾਂਤੀ ਸੀਗੀ ਉਹ ਕਦੋਂ ਆਈ ਸੀਗੀ ਸੱਤਵੇਂ ਦਾ ਆਨਸਰ ਮਿਲ ਜੂਗਾ ਤੁਹਾਡਾ 1789 ਦੇ ਵਿੱਚ ਜਾਨਕੀ 1799 ਸੀ ਵਿੱਚ ਇਸ ਤੋਂ ਬਾਅਦ ਹੈਗਾ ਤੁਹਾਡਾ 8ਵਾਂ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਕਿਸ ਦੇ ਸਮੇਂ ਹੋਈ ਜਿਹੜੇ ਜਦੋਂ ਕਿਸ ਦਾ ਰਾਜ ਸੀ ਉਦੋਂ ਜਦੋਂ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਹੋ ਗਈ ਸੀ ਤਾਂ ਉਹ ਹੀ ਸੀਗੀ 8ਵੇਂ ਦਾ ਆਨਸਰ ਆਊਗਾ ਤੁਹਾਡਾ ਜਹਾਂਗੀਰ ਦੇ ਸਮੇਂ ਜਾਨਕੀ ਈਡੀ ਆਪਸ਼ਨ ਟਿਕਾ ਲਓ ਇਸ ਤੋਂ ਬਾਅਦ 19ਵਾਂ ਯੂਨਾਨੀਆਂ ਨੇ ਪੰਜਾਬ ਦਾ ਨਾ ਕੀ ਰੱਖਿਆ ਠੀਕ ਹੈ ਜੀ ਜਨਾਨੀਆਂ ਨੇ ਪੰਜਾਬ ਦਾ ਨਾਂ ਸੀਗਾ ਜਿਹੜਾ ਉਹ ਪੈਂਟਾ ਪਟਾਮੀਆਂ ਰੱਖਿਆ ਸੀਗਾ ਜਾਨਕੀ ਈਡੀ ਆਪਸ਼ਨ ਆ ਗਈ 10ਵਾਂ ਗਾ ਬਾਬਰ ਨੂੰ ਪੰਜਾਬ ਤੇ ਹਮਲਾ ਕਰਨ ਲਈ ਕਿਸ ਨੇ ਸੱਦਾ ਭੇਜਿਆ ਠੀਕ ਹੈ ਜੋ ਉਹ ਕਿਸ ਨੇ ਸੱਦਾ ਭੇਜਿਆ ਸੀਗਾ ਬਾਬਰ ਨੂੰ ਪੰਜਾਬ ਤੇ ਹਮਲਾ ਕਰਨ ਦੇ ਲਈ ਉਹ ਦੱਸਣਾਗਾ ਆਪਾਂ ਨੇ ਹਾਂਜੀ ਜਿਹੜਾ 10ਵੇਂ ਦਾ ਆਨਸਰ ਹੈਗਾ ਉਹ ਆਪਕੋ ਤੁਹਾਡਾ ਦੌਲਤ ਖਾਨ ਲੋਧੀ ਨੂੰ ਭੇਜਿਆ ਸੀਗਾ ਸੱਦਾ ਇਸ ਤੋਂ ਬਾਅਦ 11ਵਾਂ ਗਾ ਭਾਰਤ ਵਿੱਚ ਚੋਣਾ ਕਰਵਾਉਣ ਵਾਲੀ ਸੰਸਥਾ ਦਾ ਨਾਂ ਲਿਖੋ ਹਾਂਜੀ ਸਤਿ ਤੁਹਾਡੀਆਂ ਅੱਗੇ ਆਪਣੀਆਂ ਜਿਹੜੀਆਂ ਪੈਣਗੀਆਂ ਐਮਪੀ ਦੀਆਂ ਚੋਣਾਂ ਪੈਣਗੀਆਂ ਠੀਕ ਹੈ ਜੀ ਉਹ ਜਿਹੜੀ ਕਰਵਾਊਗਾ ਉਹ ਕਰਵਾਊਗਾ ਚੋਣ ਕਮਿਸ਼ਨਰ ਯਾਨੀ ਕਿ ਚੋਣ ਕਮਿਸ਼ਨਰ ਕੋਰੇ ਸਾਰਾ ਉਹ ਹੁੰਦਾਗਾ ਠੀਕ ਹੈ ਜੀ ਸੰਸਦਾਗਾ ਸੰਸਦਾ ਕਿਹੜੀ ਹੈਗੀ ਚੋਣ ਕਮਿਸ਼ਨਰ ਇਸ ਤੋਂ ਬਾਅਦ ਹੈਗਾ 12ਵਾਂ ਅੱਜ ਕੱਲ੍ਹ ਦੁਨੀਆ ਦੇ ਜ਼ਿਆਦਾਤਰ ਦੇਸ਼ਾਂ ਵਿੱਚ ਕਿਹੜੀ ਸ਼ਾਸਨ ਪ੍ਰਣਾਲੀ ਅਪਣਾਈ ਜਾਂਦੀ ਹੈ ਕਿਹੜੀ ਅਪਣਾਈ ਜਾਂਦੀ ਹੈਗੀ ਸ਼ਾਸਨ ਪ੍ਰਣਾਲੀ ਉਹ ਦੱਸਣਾ ਹੈਗਾ ਆਪਾਂ ਨੇ ਉਹ ਇਹ ਹੁੰਦਾ ਇਸ ਦਾ ਆਨਸਰ ਆਊਗਾ 12ਵੇਂ ਦਾ ਹੋਊਗਾ ਲੋਕਤੰਤਰੀ ਠੀਕ ਹੈ ਯਾਨੀ ਕਿ ਓੜਾ ਆਪਸ਼ਨ ਟਿਕ ਕਰ ਲਓ ਇਸ ਦੇ ਨਾਲ ਹੀ ਤੁਹਾਡੇ 12 ਹੀ ਕੰਪਲੀਟ ਹੋ ਗਏ ਨੇ ਭਾਗ ਊੜੇ ਦੇ ਵਿੱਚ ਭਾਗ ਆੜੇ ਦੇ ਵਿੱਚ ਆ ਰਹੇ ਨੇ ਤੁਹਾਨੂੰ ਸੁੱਤ ਪਹਿਲਾਂ ਆ ਗਏ ਨੇ ਕਿ ਚਾਰ ਜਿਹੜੇ ਹੈਗੇ ਨੇ ਬਹੁ ਆ ਵਸਤੂ ਨਿਸ਼ਠਿ ਪਰੇਸ਼ਨ ਨੇਗੇ ਹਾਂਜੀ ਪਹਿਲਾਂ ਕਰ ਦਿਆਂਗੇ ਆਪਾਂ ਪੰਜਾਬ ਵਿੱਚ ਕੁੱਲ ਕਿੰਨੇ ਜ਼ਿਲ੍ਹੇ ਹਨ ਪੰਜਾਬ ਦੇ ਵਿੱਚ ਪਹਿਲਾਂ ਤੇ ਹੈਗੇ ਸੀਗੇ 22 ਜ਼ਿਲ੍ਹੇ ਸੀਗੇ ਪਰ ਉਸ ਤੋਂ ਬਾਅਦ ਜਿਹੜਾ ਇੱਕ ਜ਼ਿਲ੍ਹਾ ਐਡ ਹੋ ਗਿਆ ਸੀ ਉਹ ਕਿਹੜਾ ਸੀਗਾ ਮਲੇਰ ਕੋਟਲਾ ਠੀਕ ਹੈ ਜੀ ਅਤੇ ਉਸ ਤੋਂ ਬਾਅਦ ਜਿਹੜੇ ਹੈਗੇ ਸੀਗੇ ਜ਼ਿਲ੍ਹੇ ਹੋਗੇ ਸੀਗੇ ਉਹ ਹੋਗੇ ਸੀ 23 ਤਾਂ ਹੁਣ ਆਪਾਂ ਲਿਖਾਂਗੇ 23 ਠੀਕ ਹੈ ਜੀ ਇਸ ਤੋਂ ਬਾਅਦ ਦੂਜਾ ਪਿੰਡਾਂ ਵਿੱਚ ਸਿੰਚਾਈ ਦੇ ਮੁੱਖ ਸਾਧਨ ਕਿਹੜੇ ਹਨ ਪਿੰਡਾਂ ਦੇ ਵਿੱਚ ਕਿਹੜੇ ਮੁੱਖ ਸਾਧਨ ਨੇ ਸਿੰਚਾਈ ਦੇ ਉਹ ਹੈਗਾ ਮੋਟਰਾਂ ਨੇਗੀਆਂ ਠੀਕ ਹੈ ਜੀ ਮੋਟਰਾਂ ਅਤੇ ਟਿਊਬ ਵੈਲ ਨੇਗੀਆਂ ਠੀਕ ਹੈ ਜੀ ਮੋਟਰਾਂ ਦੇ ਟਿਊਬ ਵਾਲ ਨੇਗੇ ਮੁੱਖ ਜਿਹੜੇ ਹੈਗੇ ਨੇ ਇਹ ਸਾਧਨ ਨੇਗੇ ਠੀਕ ਹੈ ਜੀ ਪਾਣੀ ਕੱਢਣ ਦੇ ਤਾਂ ਮੋਟਰਾਂ ਤੇ ਟਿਊਬ ਹੈਲ ਇਸ ਤੋਂ ਬਾਅਦ ਅਗਲਾ ਨੈਕਸਟ ਹੈਗਾ ਤੁਹਾਡਾ ਤੀਜਾ ਲੋਧੀ ਵੰਸ਼ ਦਾ ਆਖਰੀ ਸ਼ਾਸਕ ਕੌਣ ਸੀ ਠੀਕ ਹੈ ਜੀ ਲੋਧੀ ਵੰਸ਼ ਦਾ ਆਖਰੀ ਆਪਾਂ ਨੇ ਸ਼ਾਸਕ ਦੱਸਣਾ ਵੀ ਨਾ ਕੌਣ ਸੀਗਾ ਤਾਂ ਉਹ ਹੈਗਾ ਸੀ ਇਬਰਾਹਿਮ ਲੋਧੀ ਠੀਕ ਹੈ ਜੀ ਇੱਕ ਵਾਰੀ ਮੈਂ ਤੁਹਾਨੂੰ ਸਪੈਲਿੰਗ ਲਿਖ ਕੇ ਦਿਖਾ ਦਿੰਦਾ ਇਬਰਾਹਿਮ ਠੀਕ ਹੈ ਜੀ ਇਬਰਾਹਿਮ ਲੋਦੀ ਤਾਂ ਤੁਹਾਡਾ ਆਨਸਰ ਆ ਗਿਆ ਇਬਰਾਹਿਮ ਲੋਦੀਸ ਦਾ ਆਨਸਰ ਹੈ ਨੋਟ ਕਰ ਲਓ ਤਾਂ ਇਸ ਤੋਂ ਬਾਅਦ ਆਪਾਂ ਦੇਖਦੇ ਅਗਲਾ ਚੌਥਾ ਕਮਿਸ਼ਨ ਦਾ ਕੋਈ ਇੱਕ ਕੰਮ ਦੱਸੋ ਕਮਿਸ਼ਨ ਦਾ ਆਪਾਂ ਨੇ ਕੋਈ ਇੱਕ ਕੰਮ ਦੱਸਣਾ ਹੈ ਕਮਿਸ਼ਨ ਦਾ ਤਾਂ ਕਮਿਸ਼ਨ ਦਾ ਆਊਗਾ ਚੋਣਾ ਠੀਕ ਹੈ ਚੋਣਾ ਅਨਸਰ ਹੈਗਾ ਤੁਹਾਡਾ ਨੋਟ ਕਰ ਲਓ ਇਹ ਕੰਮ ਆਉਗਾ ਤੋਂ ਚੋਣਾ ਇਸ ਤੋਂ ਬਾਅਦ ਹੈਗਾ ਤੁਹਾਡਾ ਖਾਲੀ ਥਾਂ ਆਗੀਆਂ ਨਿਗੀਆਂ ਚਾਰ ਚਾਰ ਖਾਲੀ ਥਾਂ ਆਪਾਂ ਕਰਦੇ ਆਂ ਡੈਸ਼ ਤੋਂ ਭਾਵ ਹੈ ਦੋ ਦਰਿਆਵਾਂ ਵਿਚਕਾਰਲੀ ਧਰਤੀ ਕਿਸ ਤੋਂ ਭਾਵ ਹੈ ਦੋ ਦਰਿਆਵਾਂ ਵਿਚਕਾਰਲੀ ਧਰਤੀ ਉਹ ਹੈਗਾ ਦੁਆਬ ਤੋਂ ਠੀਕ ਹੈ ਜੀ ਦੁਆਬ ਤੋਂ ਭਾਵ ਹੈ ਦੋ ਦਰਿਆਵਾਂ ਦੀ ਧਰਤੀ ਪਹਿਲੇ ਅਨਸਰ ਇਹ ਨੋਟ ਕਰ ਲਓ ਇਸ ਤੋਂ ਦੂਜਾ ਮਨੁੱਖ ਦੀਆਂ ਲੋੜਾਂ ਕੀ ਹਨ ਜਿਹੜਾ ਮਨੁੱਖ ਹੈਗਾ ਉਸ ਦੀਆਂ ਲੋੜਾਂ ਕੀ ਨਿਗੀਆਂ ਉਹ ਹੈਗੀਆਂ ਨੇ ਅਸੀਮਤ ਕੀ ਅਸੀਮਤ ਠੀਕ ਹੈ ਜੀ ਨੋਟ ਕਰ ਲਓ ਇਸ ਦਾ ਆਨਸਰ ਹੈਗਾ ਇਸ ਤੋਂ ਬਾਅਦ ਤੀਜਾ ਹੈਗਾ ਡੈਸ਼ ਨੂੰ ਮੰਨਣ ਵਾਲੇ ਲੋਕ ਵਿਸ਼ਨੂੰ ਦੀ ਪੂਜਾ ਕਰਦੇ ਹਨ ਠੀਕ ਜੀ ਕਿਸ ਨੂੰ ਮੰਨਦੇ ਨੇ ਲੋਕ ਉਹ ਜਿਹੜੇ ਜਿਹੜੇ ਵਿਸ਼ਨੂੰ ਦੀ ਪੂਜਾ ਕਰਦੇ ਨੇ ਹਾਂ ਜੀ ਉਹ ਮੰਨਦੇ ਨੇ ਕਿ ਵੈਸ਼ਨੂੰ ਨੂੰ ਕਿ ਵੈਸ਼ਨੂ ਨੂੰ ਮੰਨਣ ਵਾਲੇ ਲੋਕ ਨੇ ਜਿਹੜੇ ਉਹ ਵਿਸ਼ਨੂ ਦੀ ਪੂਜਾ ਕਰਦੇ ਨੇ ਜਾਨਕੀ ਵੈਸ਼ਨੂ ਇੱਕ ਧਰਮ ਮੰਗਾ ਠੀਕ ਹੈ ਜੀ ਨੋਟ ਕਰ ਲਿਓ ਇਸ ਨੂੰ ਆਨਸਰ ਇਸ ਦਾ ਇਸ ਤੋਂ ਬਾਅਦ ਹੈਗਾ ਤੁਹਾਡਾ ਚੌਥਾ ਡੈਸ਼ ਸੁਪਰੀਮ ਕੋਰਟ ਦੇ ਜੱਜਾਂ ਦੀ ਨਿਯੁਕਤੀ ਕਰਦਾਗਾ ਕੌਣ ਹੈਗਾ ਜਿਹੜਾ ਸੁਪਰੀਮ ਕੋਰਟ ਦੇ ਜੱਜਾਂ ਦੀ ਨਿਯੁਕਤੀ ਕਰਦਾਗਾ ਉਹ ਹੈਗਾ ਰਾਸ਼ਟਰਪਤੀ ਆ ਠੀਕ ਹੈ ਜੀ ਰਾਸ਼ਟਰਪਤੀ ਯਾਨੀ ਕਿ ਪ੍ਰੈਜ਼ੀਡੈਂਟ ਜਲਦੀ ਮੈਨੂੰ ਨੀਚੇ ਕਮੈਂਟ ਬਾਕਸ ਵਿੱਚ ਦੱਸੋ ਆਪਣਾ ਜਿਹੜਾ ਇੰਡੀਆ ਦਾ ਰਾਸ਼ਟਰਪਤੀ ਹੈਗਾ ਉਸ ਦਾ ਨਾਮ ਕੀ ਆ ਵੈਸੇ ਮੈਂ ਤੁਹਾਨੂੰ ਦੱਸਦੀ ਮਹਾਰਾਸ਼ਟਰਪਤੀ ਹੈਗਾ ਆਪਣਾ ਫੀਮੇਲ ਆ ਠੀਕ ਹੈ ਜੀ ਫੀਮੇਲ ਰਾਸ਼ਟਰਪਤੀ ਹੈ ਠੀਕ ਹੈ ਜੀ ਇੰਡੀਆ ਦੀ ਤਾਂ ਨੀਚੇ ਕਮੈਂਟ ਬਾਕਸ ਵਿੱਚ ਜਲਦੀ ਨਾਲ ਦੱਸੋ ਕਿ ਕਿਹਨੂ-ਕਿਹਨੂ ਪਤਾ ਵੀ ਨਾ ਆਪਣੇ ਰਾਸ਼ਟਰਪਤੀ ਦਾ ਨਾਮ ਕਿਹਨੂ-ਕਿਹਨੂ ਪਤਾ ਦੇਖਦੇ ਆਂਗੇ ਜਿਹੜਾ ਸਭ ਤੋਂ ਪਹਿਲਾਂ ਰਾਸ਼ਟਰਪਤੀ ਦਾ ਨਾਮ ਦੱਸੂਗਾ ਕਮੈਂਟ ਬਾਕਸ ਵਿੱਚ ਉਸ ਦਾ ਮੈਂ ਕਮੈਂਟ ਲਾਈਕ ਕਰੂੰਗਾ ਤੇ ਪਿੰਨ ਕਰੂੰ ਜਲਦੀ ਦੱਸੋ ਰਾਸ਼ਟਰਪਤੀ ਦਾ ਨਾਮ ਠੀਕ ਹੈ ਜੀ ਪਹਿਲਾ ਹੈ ਹਿਮਾਲਿਆ ਦੀ ਸਭ ਤੋਂ ਬਾਹਰੀ ਲੜੀ ਦਾ ਨਾਮ ਸਿਵਾਲਿਕ ਹੈ ਠੀਕ ਹੈ ਜੀ ਬਾਹਰੀ ਲੜੀ ਦਾ ਆਪਣੇ ਦੱਸਣਾ ਵੀਰੇ ਨਾਮ ਸਿਵਾਲਿਕ ਹਿਮਾਲਿਆ ਦੀ ਦਾ ਤਾਂ ਜਿਹੜਾ ਇਸ ਦਾ ਆਨਸਰ ਆਏਗਾ ਉਹ ਰਾਈਟ ਹੈ ਇਸ ਤੋਂ ਬਾਅਦ ਨੈਕਸਟ ਹੈਗਾ ਸੈਕੰਡ ਸਰ ਵਿੱਚ ਜ਼ਿਆਦਾ ਸੂਪੀ ਹੋਈ ਬੇਰੁ ਦੇ ਵਿੱਚ ਸੁਪੀ ਹੋਈ ਬੇਰੋਜ਼ਗਾਰੀ ਹੁੰਦੀ ਹੈ ਜ਼ਿਆਦਾਤਰ ਨਹੀਂ ਜੀ ਪਿੰਡਾਂ ਦੇ ਵਿੱਚ ਹੁੰਦੀ ਹੈ ਇਹ ਗਲਤ ਹੈ ਜੋ ਇਸ ਦਾ ਆਨਸਰ ਤੀਜਾ ਸਿੰਧ ਘਾਟੀ ਦੀ ਸਭਿਅਤਾ ਠੀਕ ਹੈ ਦਾ ਜਨਮ ਪੰਜਾਬ ਵਿੱਚ ਹੋਇਆ ਤਾਂ ਜਿਹੜਾ ਇਸ ਦਾ ਆਨਸਰ ਹੈਗਾ ਉਹ ਟਿੱਕ ਹੈ ਇਸ ਤੋਂ ਬਾਅਦ ਆਪਣੇ ਇੱਕ ਇੱਕ ਇਹਦਾ ਹੈਗਾ ਸਹੀ ਗਲਤ ਰਹਿ ਗਿਆ ਉਹ ਤੋਂ ਦੇਖ ਦਿਆਂਗੇ ਹਾਂਜੀ ਇਸ ਤੋਂ ਬਾਅਦ ਅਗਲਾ ਜਿਸ ਤਰ੍ਹਾਂ ਦੇਖ ਸਕਦੇ ਤੁਸੀਂ ਭਾਰਤ ਵਿੱਚ ਬਹੁਦਲੀ ਪ੍ਰਣਾਲੀ ਹੈ ਭਾਰਤ ਦੇ ਵਿੱਚ ਬਹੁਦਲ ਪ੍ਰਣਾਲੀ ਨਹੀਂ ਹੈਗੀ ਤਾਂ ਇਹ ਘਟਿਆ ਜਾਊਗਾ ਯਾਨੀ ਕਿ ਇਹ ਗਲਤ ਹੈ ਤਾਂ ਇਸ ਦੇ ਨਾਲ ਤੁਹਾਡੇ ਇਹ ਪੂਰੇ ਹੋ ਰਹੇ ਨੇਗੇ ਠੀਕ ਹੈ ਜੀ ਇਹ ਹੋ ਗਏ ਸੀ ਤੁਹਾਡੇ ਹਾਂਜੀ 12 ਮੈਂ ਤੁਹਾਨੂੰ ਪਹਿਲਾਂ ਕਰਵਾ ਦਿੱਤੀ ਸੀਗੇ ਉਸ ਤੋਂ ਬਾਅਦ ਮੈਂ ਤੁਹਾਨੂੰ ਕਰਵਾਏ ਨੇਗੇ ਇਹ ਹਾਂਜੀ 1 ਕੁਆਇ ਨੇ 12 ਹਾਂਜੀ 12 12 24 24 ਨੰਬਰ ਦਾ ਪੇਪਰ ਮੈਂ ਤੁਹਾਨੂੰ ਕਰਵਾ ਦਿੱਤਾ ਇਸ ਵਾਰ ਭਾਗ ਈ ਡੀ ਆ ਕੀ ਭਾਗ ਈ ਡੀ ਦੇ ਵਿੱਚ ਜਿਹੜੇ ਤੁਸੀਂ ਨੇ ਪ੍ਰਸ਼ਨ ਨੇਗੇ 8 ਪ੍ਰਸ਼ਨ ਨੇ 8 ਹੀ ਹੈਗੇ ਨੇ ਜਿਹੜੇ ਤੁਹਾਨੂੰ ਤਿੰਨ ਤਿੰਨ ਨੰਬਰ ਦੇਣੇ ਅਤੇ ਉਹ ਹੋ ਜਾਣਗੇ ਟੋਟਲ 24 ਨੰਬਰ ਦੇ ਪਹਿਲਾਂ ਦੇਖਦੇ ਹਾਂ ਪੰਜਾਬ ਵਿੱਚ ਕੁੱਲ ਕਿੰਨੇ ਜ਼ਿਲ੍ਹੇ ਮੰਡਲ ਤਸੀਹਨਾ ਅਤੇ ਬਲਾਕ ਹਨ ਠੀਕ ਹੈ ਜੀ ਆਪਣੇ ਦੱਸਣੇ ਨੇ ਜ਼ਿਲ੍ਹੇ ਪੰਜਾਬ ਦੇ ਵਿੱਚ ਕਿੰਨੇ ਨੇਗੇ ਜ਼ਿਲ੍ਹੇ ਵਗੈਰਾ ਹਾਂਜੀ ਜਿਸ ਤਰ੍ਹਾਂ ਤੁਸੀਂ ਦੇਖ ਸਕਦੇ ਤੁਸੀਂ ਪੰਜਾਬ ਵਿੱਚ ਕੁੱਲ ਜਿਹੜੇ ਹੈਗੇ ਨੇ ਪੰਜ ਮੰਡਲ ਨੇਗੇ ਠੀਕ ਹੈ ਜੀ ਇੱਥੇ ਜਿਹੜਾ ਲਿਖ ਲਿਓ 23 ਕਰ ਲਿਓ ਇੱਥੇ ਠ ਤਾਂ ਕਰਕੇ ਥੀ ਲਿਖ ਲਿਓ ਤੁਸੀਂ 23 23 ਜ਼ਿਲ੍ਹੇ ਹੋ ਗਏ ਨੇ 23 ਜ਼ਿਲ੍ਹੇ ਸਿਆਸੀ ਤਹਿਸੀਲਾਂ ਅਤੇ 145 ਬਲਾਕ ਨੇ ਠੀਕ ਹੈ ਜੇ ਤੁਹਾਡਾ ਜਿਹੜਾ ਆਨਸਰ ਹੈਗੇ ਇਹ ਨੋਟ ਕਰ ਲਓ ਠੀਕ ਹੈ ਜੀ ਤਾਂ ਇਹ ਦੇਖ ਲਿਓ ਉਹ ਇਸ ਤੋਂ ਬਾਅਦ ਆਪਾਂ ਨੈਕਸਟ ਦੇਖਦੇ ਆਂਗੇ ਨੈਕਸਟ ਕੀ ਹੈਗਾ ਦੂਜਾ ਓਲਾ ਤુલਸੀ ਅਤੇ ਸੰਕੋਨਾ ਤੋਂ ਕੀ ਲਾਭ ਹੋ ਸਕਦੇ ਹਨ ਹਾਂਜੀ ਇਹਨਾਂ ਤੋਂ ਆਪਾਂ ਨੇ ਦੱਸਣਾ ਹੈ ਵੀ ਨਾ ਓਲੇ ਦੇ ਕੀ ਫਾਇਦੇ ਨੇ ਤુલਸੀ ਦੇ ਕੀ ਫਾਇਦੇ ਨੇ ਅਤੇ ਇਹਨਾਂ ਦੇ ਵਿੱਚੋਂ ਆਪਾਂ ਨੂੰ ਕੀ ਲਾਭ ਮਿਲਦਾਗਾ ਚਲੋ ਆਪਾਂ ਇਹਨਾਂ ਦਾ ਆਨਸਰ ਦਿਖਾਉਣੀ ਆ ਤੁਹਾਨੂੰ ਹਾਂਜੀ ਓਲਾ ਜਾਂ ਆਵਲਾ ਉਹ ਆਮਲਾ ਵਿਟਾਮਿਨ ਸੀ ਨਾਲ ਭਰਿਆ ਹੁੰਦਾ ਹੈ ਅਤੇ ਇਹ ਵਿਅਕਤੀ ਦੀ ਪਾਚਨ ਸ਼ਕਤੀ ਨੂੰ ਸੁਧਾਰ ਵਿੱਚ ਮਦਦ ਕਰਦਾ ਹੈ ਠੀਕ ਹੈ ਜੀ ਆਮਲਾ ਕਵਜ ਸ਼ੂਗਰ ਅਤੇ ਖਾਂਸੀ ਨੂੰ ਦੂਰ ਕਰਨ ਵਾਸਤੇ ਵਰਤਿਆ ਜਾਂਦਾ ਹੈ ਠੀਕ ਹੈ ਜੀ ਆਹ ਚੀਜ਼ਾਂ ਲਈ ਵਰਤੇ ਜਾਂਦਾ ਹੈਗਾ ਅਤੇ ਜਿਹੜੀਆਂ ਮੈਡੀਸਿਨ ਵਗੈਰਾ ਹੁੰਦੀ ਨੇ ਉਹਨਾਂ ਦੇ ਵਿੱਚ ਵੀ ਯੂਜ਼ ਹੋ ਜਾਂਦਾ ਹੈਗਾ ਜਿਹੜੀਆਂ ਕਿ ਖਾਂਸੀ ਵਗੈਰਾ ਦੀਆਂ ਦੇ ਵਿੱਚ ਇਹ ਯੂਜ਼ ਹੁੰਦਾ ਹੈਗਾ ਤਾਂ ਕਰਕੇ ਜਿਹੜਾ ਇਹ ਜਿਹੜਾ ਨੇ ਫਾਇਦੇ ਦੱਸੇ ਹੋਏ ਨੇ ਵੀ ਨਾ ਇਹਨਾਂ ਦੇ ਕੀ ਲਾਭਣਗੇ ਔਲੇ ਦੇ ਚਲੋ ਆਪਾਂ ਇਸ ਤੋਂ ਬਾਅਦ ਦੇਖਦੇ ਹਾਂ ਕਿ ਤੁਲਸੀ ਤੇ ਸੋਰੀ ਤੁਲਸੀ ਤਾਂ ਹੈਗਣੀ ਨੀਚੀ ਨੇਗੇ ਤੁਲਸੀ ਤੇ ਤਾਂ ਤੁਲਸੀ ਜੇਕਰ ਕਿਸੇ ਨੂੰ ਬੁਖਾਰ ਖਾਂਸੀ ਜਾਂ ਜ਼ੁਖਾਮ ਹੋ ਜਾਵੇ ਤਾਂ ਤੁਲਸੀ ਬਹੁਤ ਹੀ ਲਾਭਦਾਇਕ ਹੁੰਦੀ ਹੈ ਠੀਕ ਹੈ ਜੀ ਇਹ ਇਸਦੇ ਲਈ ਵਰਤੀ ਜਾਂਦੀ ਹੈਗੀ ਤਾਂ ਇਸ ਤੋਂ ਬਾਅਦ ਹੈਗਾ ਸਿਨਕੋਨਾ ਵੀ ਇੱਕ ਚੀਜ਼ ਪੌਦਾ ਹੈਗਾ ਸਿਨਕੋਨਾ ਪੌਦੇ ਦੀ ਛਾਲ ਨੂੰ ਕੁਕੀਨ ਬਣਾਉਣ ਲਈ ਪ੍ਰਯੋਗ ਕੀਤਾ ਜਾਂਦਾ ਹੈ ਯਾਨੀ ਕਿ ਕੁਕੀਨ ਬਣਾਈ ਜਾਂਦੀ ਹੈ ਜੋ ਮਲੇਰੀਆ ਠੀਕ ਕਰਨ ਲਈ ਦਿੱਤਾ ਜਾਂਦਾ ਹੈ ਯਾਨੀ ਕਿ ਮਲੇਰੀਆ ਠੀਕਾਣ ਦੇ ਲਈ ਜਿਹੜਾ ਸਿਕੌਨ ਨਾ ਠੀਕ ਹੈ ਜੀ ਇਹ ਮਹਤਵਪੂਰਨ ਆਗਾ ਤਾਂ ਇਹ ਤੁਹਾਡਾ ਜਿਹੜਾ ਆਨਸਰ ਆਏਗਾ ਇਸ ਪ੍ਰਕਾਰ ਸੀ ਇਸ ਤੋਂ ਬਾਅਦ ਆਪਾਂ ਅਗਲਾ ਕੁਐਸਚਨ ਦੇਖਦੇ ਆਂਗੇ ਹਾਂਜੀ ਅਗਲਾ ਕੁਐਸਚਨ ਹੈਗਾ ਤੁਹਾਡਾ ਤੀਜਾ ਬਹੁ ਫਸਲੀ ਵਿਧੀ ਕੀ ਹੈ ਸਪਸ਼ਟ ਕਰੋ ਸਪਸ਼ਟ ਕਰਨਾ ਆਪਣੀ ਬਹੁ ਫਸਲੀ ਵਿਧੀ ਹਾਂਜੀ ਆਪਾਂ ਤੁਹਾਨੂੰ ਦਿਖਾਉਨੇ ਆਂ ਹਾਂਜੀ ਇਸ ਤਾਂ ਦੇਖ ਸਕਦੇ ਤੁਸੀਂ ਇੱਕ ਵਾਰੀ ਮੈਂ ਜ਼ੂਮ ਕਰਕੇ ਦਿਖਾ ਦਿੰਨਾ ਹਾਂਜੀ ਇੱਕ ਸਾਲ ਵਿੱਚ ਭੂਮੀ ਦੇ ਇੱਕ ਟੁਕੜੇ ਤੇ ਇੱਕ ਵਾਰ ਹੀ ਇੱਕ ਤੋਂ ਵੱਧ ਫਸਲਾਂ ਗੋਣ ਜਾਂ ਪੈਦਾ ਕਰਨ ਦੀ ਕਿਰਿਆ ਨੂੰ ਠੀਕ ਹੈ ਜੀ ਕਿਰਿਆ ਨੂੰ ਬਹੁ ਫਸਲੀ ਵਿਧੀ ਕਿਹਾ ਜਾਂਦੇ ਹੈ ਜਨ ਮਤਲਬ ਆਪਣੇ ਇੱਕ ਜਗ੍ਹਾ ਜਿੱਮ ਆਪਣੇ ਕੋਲ ਆਹ ਜਗ੍ਹਾ ਕੀ ਇੱਕ ਸਾਲ ਦੇ ਵਿੱਚ ਪਹਿਲਾਂ ਤਾਂ ਆਪਣੇ ਇਥੇ ਬੀਜ ਲਈ ਮੂੰਗੀ ਫਿਰ ਬੀਜ ਲਈ ਆਪਾਂ ਨੇ ਸਰੋਂ ਫਿਰ ਬੀਜ ਲਈ ਆਪਣੇ ਕੋਲਸ ਹੋਰ ਤਾਂ ਇਸ ਨੂੰ ਆਪਾਂ ਕਹਿੰਦੇ ਆਂਗੇ ਬਹੁ ਫਸਲੀ ਵਿਧੀ ਠੀਕ ਹੈ ਜੀ ਇਹ ਹੁੰਦੀ ਹੈ ਬਹੁ ਫਸਲੀ ਵਿਧੀ ਤਾਂ ਇਸ ਨੂੰ ਚੰਗੀ ਤਰ੍ਹਾਂ ਦੇਖ ਲਵੋ ਠੀਕ ਹੈ ਜੀ ਇਹ ਤਿੰਨ ਨੰਬਰ ਦਾ ਤੁਸੀਂ ਸਾਰਾ ਲੇਖਣਾਗਾ ਇਹ ਭੂਮੀ ਦੇ ਇੱਕ ਟੁਕੜੇ ਤੇ ਉਤਪਾਦਨ ਵਧਾਉਣ ਦਾ ਸੁਸਾਧਨ ਤਰੀਕਾ ਹੈ ਜਾਨੀ ਕਿ ਇਸ ਦੇ ਨਾਲ ਆਪਣਾ ਉਤਪਾਦਨ ਵਾਜ ਜਾਂਦਾਗਾ ਇਹ ਬਿਜਲੀ ਟਿਊਬਵੈੱਲ ਅਤੇ ਕਿਸਾਨਾਂ ਨੂੰ ਨਿਰੰਤਰ ਬਿਜਲੀ ਦੀ ਪੂਰਤੀ ਨਾਲ ਸੰਭਵ ਹੋ ਸਕਿਆ ਹੈ ਮਤਲਬ ਜੇਕਰ ਬਿਜਲੀ ਹੈਗੀ ਆ ਤੇ ਪਾਣੀ ਹੈਗਾ ਟਿਊਬਵੈੱਲਾਂ ਹੈਗੀਆਂ ਤਾਂ ਕਰਕੇ ਇਹ ਸੰਭਵ ਹੋ ਸਕੇ ਨਹੀਂ ਤਾਂ ਇਹ ਕਿੱਥੇ ਸੰਭਵ ਹੋਏਗਾ ਤਾਂ ਇਸ ਤੋਂ ਬਾਅਦ ਜਿਵੇਂ ਕਿ ਛੋਟੀਆਂ-ਛੋਟੀਆਂ ਨਹਿਰਾਂ ਤੋਂ ਵੀ ਕਿਸਾਨਾਂ ਨੂੰ ਖੇਤੀ ਦੇ ਲਈ ਪਾਣੀ ਮਿਲਦਾ ਠੀਕ ਹੈ ਜੀ ਮਤਲਬ ਉਪਲਬਧ ਰਹਿੰਦਾ ਹੈ ਨਾਲ ਪੂਰਾ ਸਾਲ ਕਿਸਾਨਾਂ ਨੂੰ ਖੇਤੀ ਕਰਨ ਲਈ ਪ੍ਰੇਰਿਤ ਕੀਤਾ ਜਾਂਦਾ ਹੈ ਠੀਕ ਹੈ ਜੀ ਇਹ ਤੁਹਾਡਾ ਜਵਾਬ ਹੈਗਾ ਬਹੁ-ਫਸਲੀ ਵਿਧੀ ਦਾ ਆਨਸਰ ਹੈ ਨੋਟ ਕਰ ਲਿਓ ਉਸ ਨੂੰ ਠੀਕ ਹੈ ਜੀ ਤਾਂ ਇਸ ਤਰ੍ਹਾਂ ਦੇਖ ਲਓ ਇਸ ਨੂੰ ਆਨਸਰ ਨੂੰ ਠੀਕ ਹੈ ਜੀ ਇਸ ਤੋਂ ਬਾਅਦ ਆਪਾਂ ਦੇਖਦੇ ਹਾਂ ਕਿ ਅਗਲਾ ਕੁਐਸਚਨ ਹੈ ਹਾਂਜੀ ਅਗਲਾ ਕੁਐਸਚਨ ਹੈਗਾ ਭਾਰਤ ਵਿੱਚ ਗਰੀਬੀ ਦੇ ਕੋਈ ਤਿੰਨ ਮੁੱਖ ਕਾਰਨ ਕਿਹੜੇ ਹਨ ਤਿੰਨ ਮੁੱਖ ਕਾਰਨ ਦੱਸਣੇ ਨੇਗੇ ਭਾਰਤ ਵਿੱਚ ਗਰੀਬੀ ਦੇ ਚਲੋ ਆਪਾਂ ਇਹਨਾਂ ਦੇ ਤੁਹਾਨੂੰ ਮੈਂ ਆਨਸਰ ਕਰਵਾਉਣਾਗਾ ਹਾਂਜੀ ਜਿਵੇਂ ਤੁਸੀਂ ਦੇਖ ਸਕਦੇ ਹੋਗੇ ਭਾਰਤ ਵਿੱਚ ਗਰੀਬੀ ਦੇ ਤਿੰਨ ਮੁੱਖ ਕਾਰਨ ਕਿਹੜੇ ਹਨ ਭਾਰਤ ਵਿੱਚ ਗਰੀਬੀ ਦੇ ਮੁੱਖ ਕਾਰਨ ਹੇਠ ਲਿਖੇ ਹਨ ਪਹਿਲਾ ਹੈਗਾ ਜਨਸੰਖਿਆ ਦਾ ਵਧੇਰੇ ਦਬਾਅ ਭਾਰਤ ਵਿੱਚ ਜਨਸੰਖਿਆ ਵਿੱਚ ਤੇਜ਼ੀ ਸੁਤੰਤਰਤਾ ਪ੍ਰਾਪਤ ਜਿਆਦਾ ਹੋ ਗਈ ਹੈ ਜਾਨਕਿ ਜਨਸੰਖਿਆ ਵਿੱਚ ਵਾਧਾ ਜਿਹੜਾ ਗਰੀਬੀ ਦੇ ਮੁੱਖ ਕਾਰਨ ਹੈਗਾ ਇਸ ਨੂੰ ਤੁਸੀਂ ਪੜੋ ਜਿਵੇਂ ਕਿ ਮੈਂ ਦਿਖਾ ਦਣਾ ਤੁਹਾਨੂੰ ਇੱਕ ਵਾਰੀ ਮੈਂ ਤੁਹਾਨੂੰ ਪੜਕੀ ਵੀ ਸੁਣਾ ਦਣਾ ਇਸ ਨੂੰ ਸਾਰੇ ਨੂੰ ਠੀਕ ਹੈ ਜੀ ਜਿਵੇਂ ਕਿ ਆਪਾਂ ਦੇਖ ਸਕਦੇ ਭਾਰਤ ਵਿੱਚ ਜਨਸੰਖਿਆ ਵਿੱਚ ਤੀਜੀ ਸੁਤੰਤਰਤਾ ਪ੍ਰਾਪਤ ਪ੍ਰਾਪਤੀ ਦੇ ਬਾਅਦ ਜਿਆਦਾ ਹੋ ਗਈ 52 1951 ਦੇ ਬਾਅਦ ਬਾਅਦ ਦੇ ਸਮੇਂ ਨੂੰ ਜਨਸੰਖਿਆ ਵਿਸਫੋਟ ਦਾ ਸਮਾਂ ਵੀ ਕਿਹਾ ਜਾਂਦਾ ਹੈ ਕਿਉਂਕਿ ਉਸ ਸਮੇਂ ਜਨਸੰਖਿਆ ਵਿੱਚ ਤੇਜ਼ੀ ਆਈ 1900 ਠੀਕ ਹੈ ਜੀ 41 ਅਤੇ 51 ਵਿੱਚ ਜਨਸੰਖਿਆ 1% ਸੀ ਜੋ 1981 ਅਤੇ 91 ਵਿੱਚ ਵਧ ਕੇ 2.1% ਹੋ ਗਈ ਅਤੇ 2.11 ਵਿੱਚ ਵਧ ਕੇ ਠੀਕ ਹੈ ਜੀ 121 ਕਰੋੜ ਹੋ ਗਈ ਸਦੀ ਦੇ ਅੰਤ ਤੱਕ ਸਾਡੀ ਜਨਸੰਖਿਆ 100 ਕਰੋੜ ਪਹੁੰਚੀ ਪਹੁੰਚ ਚੁੱਕੀ ਹੈ ਦੇਸ਼ ਦੀ ਸਹਿਮਤੀ ਦਾ ਮੁੱਖ ਭਾਗ ਇਸ ਇਹ ਵੱਡੀ ਜਨਸੰਖਿਆ ਦੀਆਂ ਲੋੜਾਂ ਦੀ ਸੰਤੁਸ਼ਟੀ ਵਿੱਚ ਖਰਚ ਹੋ ਜਾਂਦਾ ਹੈ ਜਿਸ ਦੇ ਸਿੱਟੇ ਵਜੋਂ ਦੇਸ਼ ਦੇ ਵਿਕਾਸ ਲਈ ਹੋਰ ਕੰਮ ਵਿੱਚੋਂ ਧਨ ਘਟ ਪੈ ਜਾਂਦਾ ਹੈ ਇਹ ਨਹੀਂ ਨਿਰੰਤਰ ਵਧਦੀ ਜਨਸੰਖਿਆ ਨਾਲ ਨਿਰਪਰ ਜਨਸੰਖਿਆ ਵਧੇਰੇ ਅਤੇ ਕਾਰਸ਼ੀਲ ਜਨਸੰਖਿਆ ਵਿੱਚ ਕਮੀ ਆ ਰਹੀ ਹੈ ਜਿਸ ਕਾਰਨ ਉਦਪਾਦਨ ਵਿੱਚ ਠੀਕ ਹੈ ਜਿਵੇਂ ਕਿ ਦਿੱਤਾ ਹੋਇਆ ਇਹਨਾਂ ਨੇ ਇਸ ਦੇ ਵਿੱਚ ਤੁਸੀਂ ਇਸ ਤਰ੍ਹਾਂ ਲਿਖਣਾ ਹੈ ਕਿ ਜਨਸੰਖਿਆ ਦੇ ਨਾਲ-ਨਾਲ ਇਹਨਾਂ ਕਿਵੇਂ ਜਿਹੜੀ ਗਰੀਬੀ ਦੀ ਰੇਖਾ ਜਿਹੜੀ ਵਧ ਰਹੀ ਹੈ ਕਿ ਜਨਸੰਖਿਆ ਵਧਣ ਦੇ ਨਾਲ-ਨਾਲ ਤਾਂ ਉਹ ਤੁਸੀਂ ਇਹਨਾਂ ਨੇ ਐਗਜ਼ਾਮਪਲ ਦਿੱਤੀ ਹੋਈ ਹੈ ਕਿ ਐਗਜ਼ਾਮਪਲ ਇਹਨਾਂ ਨੇ ਪੂਰੀ ਸਮਝਾਈ ਹੋਈ ਹੈ ਤਾਂ ਇਸ ਨੂੰ ਤੁਸੀਂ ਵੀਡੀਓ ਰੋਕ ਕੇ ਪੜ੍ਹ ਲੈਣਾ ਹੈ ਪਹਿਲਾ ਪੁਆਇੰਟ ਹੈ ਤਿੰਨ ਪੁਆਇੰਟ ਦੇਨੇ ਨੇ ਆਪਣੇ ਚਲੋ ਆਪਾਂ ਅਗਲਾ ਪੁਆਇੰਟ ਦੇਖ ਲਵੋ ਜਿਵੇਂ ਕਿ ਬੇਰੁਜ਼ਗਾਰੀ ਭਾਰਤ ਵਿੱਚ ਜਿਸ ਤਰ੍ਹਾਂ ਜਨਸੰਖਿਆ ਵਧ ਰਹੀ ਹੈ ਉਸੇ ਤਰ੍ਹਾਂ ਬੇਰੁਜ਼ਗਾਰ ਵਧਦੀ ਜਾ ਰਹੀ ਹੈ ਇਹ ਵਧਦੀ ਬੇਰੋਜ਼ਗਾਰੀ ਗਰੀਬੀ ਨੂੰ ਠੀਕ ਹੈ ਜੀ ਜਨਮ ਦਿੰਦੀ ਹੈ ਜੋ ਦੇਸ਼ ਲਈ ਸਰਾਪ ਸਿੱਧ ਹੋ ਰਹੀ ਹੈ ਭਾਰਤ ਵਿੱਚ ਨਾ ਸਿਰਫ ਸਖਿਅਤ ਬੇਰੋਜ਼ਗਾਰੀ ਬਲਕਿ ਆਦਿਸ ਬੇਰੋਜ਼ਗਾਰੀ ਦੀ ਸਮੱਸਿਆ ਵੀ ਪੈਦਾ ਹੁੰਦੀ ਹੈ ਹੁੰਦੀ ਜਾ ਰਹੀ ਹੈ ਭਾਰਤ ਵਿੱਚ 2011-12 ਵਿੱਚ ਲਗਭਗ 2.34 ਕਰੋੜ ਲੋਕ ਬੇਰੋਜ਼ਗਾਰ ਸਨ ਸਾਲ 2016-17 ਤੱਕ 0.59 ਯਾਨੀ ਕਿ ਨਾਟਕ ਰੋਡ ਬੇਰੁਜ਼ਗਾਰ ਰਹਿਣ ਦਾ ਅਨੁਮਾਨ ਹੈ ਠੀਕ ਹੈ ਇਹ ਆ ਇਹਨਾਂ ਨੇ ਦਿੱਤਾ ਹੋਇਆਗਾ ਤੁਸੀਂ ਇਹ ਨੋਟ ਕਰ ਲਓ ਆਨਸਰ ਦੂਜਾ ਪੁਆਇੰਟ ਹੈ ਅਸੀਂ ਇਸ ਤੋਂ ਬਾਅਦ ਆਪਾਂ ਦੇਖਦੇ ਹਾਂਗੇ ਤੀਜਾ ਤੀਜਾ ਹੈਗਾ ਵਿਕਾਸ ਦੀ ਹੋਲੀ ਹੋਲੀ ਗਤੀ ਭਾਰਤ ਦਾ ਵਿਕਾਸ ਜੇ ਹੋਲੀ ਗਤੀ ਨਾਲ ਹੋ ਰਿਹਾ ਹੈ ਜਿਸ ਇਸ ਕਾਰਨ ਇਸ ਕਾਰਨ ਨਾਲ ਵੀ ਗਰੀਬੀ ਵੱਧ ਰਹੀ ਹੈ ਕਿ ਯੋਜਨਾਵਾਂ ਦੀ ਅਵਧੀ ਠੀਕ ਹੈ ਜੀ ਵਿੱਚ ਸकल ਘਰੇਲੂ ਉਤਪਾਦਨ ਦੇ ਵਿਕਾਸ ਦਰ ਲਗਭਗ 4% ਰਹੀ ਹੈ ਪਰ ਜੋ ਸੰਖਿਆ ਦਾ ਵਾਧਾ ਦਰ ਲਗਭਗ 1.76% ਹੋਣ ਨਾਲ ਪ੍ਰਤੀ ਵਿਅਕਤੀ ਆਮਦਨ ਵਿੱਚ ਵਾਧਾ ਸਿਰਫ 2.3% ਹੋ ਗਿਆ ਹੈ ਠੀਕ ਹੈ 2013-14 ਵਿੱਚ ਵਿਕਾਸ ਦਰ 4.7% ਦੇ ਲਗਭਗ ਪ੍ਰਾਪਤ ਕੀਤੀ ਗਈ ਹੈ ਠੀਕ ਹੈ ਜੀ ਭਾਰਤ ਵਿੱਚ ਜਨਸੰਖਿਆ ਦੀ ਵਾਧਾ ਦਰ 1.76% ਰਹੀ ਹੈ ਜਨਸੰਖਿਆ ਦੇ ਇਸ ਵਾਧੇ ਦੇ ਅਨੁਸਾਰ ਵਿਕਾਸ ਦੀ ਗਤੀ ਹੋਲੀ ਹੈ ਠੀਕ ਹੈ ਜੀ ਇਹ ਤੁਹਾਡੇ ਦੇ ਤਿੰਨ ਪੁਆਇੰਟ ਨੇ ਮੈਂ ਤੁਹਾਨੂੰ ਇਹ ਕਰਵਾ ਦਿੱਤੇ ਨੇ ਇਹਨਾਂ ਨੂੰ ਤੁਸੀਂ ਨੇ ਚੰਗੀ ਤਰ੍ਹਾਂ ਪੜ੍ਹ ਲੈਣਾਗਾ ਠੀਕ ਹੈ ਜੀ ਬਾਕੀ ਤੁਸੀਂ ਅਸੀਂ ਕੌਂਸ਼ਨ ਨੂੰ ਆਪਣੇ ਕੋਲ ਵੀ ਬਣਾ ਸਕਦੇ ਹੋਗੇ ਬਿਨਾਂ ਗਰੀਬੀ ਕਿਉਂ ਵੱਧ ਰਹੀ ਹੈ ਗਰੀਬੀ ਦਾ ਮੁੱਖ ਕਾਰਨ ਇਸ ਤੋਂ ਬਾਅਦ ਨੈਕਸਟ ਕੌਂਸ਼ਨ ਹੈਗਾ ਤੁਹਾਡਾ ਪੰਜਵਾਂ ਮੰਜੀ ਪਰੱਥਾ ਤੇ ਨੋਟ ਲਿਖੋ ਠੀਕ ਹੈ ਜੀ ਮੰਜੀ ਪਰੱਥਾ ਤੇ ਆਪਣੇ ਨੋਟ ਲਿਖਣਾ ਚਲੋ ਮੈਂ ਤੁਹਾਨੂੰ ਇਹਦਾ ਆਨਸਰ ਕਰਵਾ ਦਿੰਨਾਗਾ ਠੀਕ ਹੈ ਜੀ ਹਾਂਜੀ ਜਿਸ ਤਰ੍ਹਾਂ ਦੇਖ ਸਕਦੇ ਅਸੀਂ ਮੰਜੀ ਪਰੱਥਾ ਤੇ ਨੋਟ ਇਸ ਪ੍ਰਕਾਰ ਹੈਗਾ ਇਸ ਤਰ੍ਹਾਂ ਆਪਾਂ ਥੋੜਾ ਜਿਹਾ ਜ਼ੂਮ ਘਟ ਕਰ ਲਈਏ ਹਾਂਜੀ ਉਹਦੇ ਤੁਹਾਨੂੰ ਸਹੀ ਦਿਖ ਰਿਹਾ ਹਾਂਜੀ ਮੰਜੀ ਪ੍ਰਥਾ ਦੀ ਸਥਾਪਨਾ ਗੁਰੂ ਅਮਰਦਾਸ ਜੀ ਨੇ ਕੀਤੀ ਸੀ ਉਹਨਾਂ ਦੇ ਸਮੇਂ ਵਿੱਚ ਸਿੱਖਾਂ ਦੀ ਗਿਣਤੀ ਕਾਫੀ ਵੱਧ ਚੁੱਕੀ ਸੀ ਜਾਨਕਿ ਜਿਹੜੀ ਮੰਜੀ ਪ੍ਰਥਾ ਦੀ ਜਿਹੜੀ ਸਥਾਪਨਾ ਸੀਗੀ ਜਾਨਕਿ ਸ਼ੁਰੂਆਤ ਸੀਗੀ ਗੁਰੂ ਅਮਰਦਾਸ ਜੀ ਦੇ ਵੱਲੋਂ ਕੀਤੀ ਗਈ ਸੀ ਕਿਉਂਕਿ ਉਸ ਸਮੇਂ ਜਿਹੜੀ ਸਿੱਖਾਂ ਦੀ ਗਿਣਤੀ ਸੀਗੀ ਉਹ ਕਾਫੀ ਵੱਧ ਚੁੱਕੀ ਸੀ ਪਰੰਤੂ ਗੁਰੂ ਜੀ ਦੀ ਉਮਰ ਵਧੇਰੇ ਹੋਣ ਦੇ ਕਾਰਨ ਉਹਨਾਂ ਲਈ ਕਥਾਨ ਤੋਂ ਦੂਜੀ ਥਾਂ ਜਾ ਕੇ ਆਪਣੀਆਂ ਸਿੱਖਿਆਵਾਂ ਦਾ ਪ੍ਰਚਾਰ ਕਰਨਾ ਉਕਾ ਹੋ ਗਿਆ ਸੀ ਉਸ ਸਮੇਂ ਜਦੋਂ ਗੁਰੂ ਅਮਰਦਾਸ ਜੀ ਠੀਕ ਹੈ ਜੀ ਪਿੰਡਾਂ ਦੇ ਵਿੱਚ ਜਾਂਦੇ ਸੀਗੇ ਠੀਕ ਹੈ ਜੀ ਉੱਥੇ ਆਪਾਂ ਨਾਂ ਸਿੱਖਿਆ ਦਾ ਪ੍ਰਚਾਰ ਕਰਦੇ ਸੀਗੇ ਪਰ ਗੁਰੂ ਜੀ ਦੀ ਜਿਹੜੀ ਉਮਰ ਸੀਗੀ ਉਹ ਜ਼ਿਆਦਾ ਹੋ ਗਈ ਸੀ ਤਾਂ ਕਰਕੇ ਜਿਹੜਾ ਗੁਰੂ ਜੀ ਨੇ ਮੰਜੀ ਪ੍ਰਥਾ ਤੇ ਬਣਾਈ ਸੀਗੀ ਉਹਨਾਂ ਆਪਾਂ ਦੇਖਦੇ ਆਂ ਇਹਨੂੰ ਮੰਜੀ ਪ੍ਰਥਾ ਕੀ ਆ ਇਸ ਲਈ ਉਹਨਾਂ ਨੇ ਆਪਣੇ ਸਾਰੇ ਅਧਿਆਤਮਿਕ ਪਰਦੇਸ਼ਾਂ ਨੂੰ 22 ਹਿੱਸਿਆਂ ਵਿੱਚ ਵੰਡ ਦਿੱਤਾ ਠੀਕ ਹੈ 22 ਹਿੱਸਿਆਂ ਵਿੱਚ ਵੰਡ ਦਿੱਤਾ ਸੀ ਇਹਨਾਂ ਹਰ ਇੱਕ ਹਿੱਸੇ ਨੂੰ ਮੰਜੀ ਇਸ ਮੰਜੀ ਇਸ ਦੇ ਪ੍ਰਮukh ਨੂੰ ਮੰਜੀਦਾਰ ਕਿਹਾ ਜਾਂਦਾ ਸੀ ਕਿ ਮੰਜੀ ਕਿਹਾ ਜਾਂਦਾ ਸੀਗਾ ਤੇ ਉਹ ਜਿਹੜਾ ਉਸ ਦਾ ਪ੍ਰਮukh ਹੁੰਦਾ ਸੀ ਉਸ ਨੂੰ ਮੰਜੀਦਾਰ ਕਿਹਾ ਜਾਂਦਾ ਸੀ ਹਰੇਕ ਮੰਜੀ ਛੋਟੇ-ਛੋਟੇ ਸਥਾਨਾਂ ਕੇਂਦਰਾਂ ਵਿੱਚ ਵੰਡੀ ਹੋਈ ਸੀ ਜਿਨ੍ਹਾਂ ਨੂੰ ਪੀੜੀਆਂ ਕਹਿੰਦੇ ਸਨ ਹਾਂਜੀ ਸਿੱਖ ਸੰਗਤ ਇਸ ਦੇ ਦੁਆਰ ਆਪਣੀ ਭੇਟ ਗੁਰੂ ਸਾਹਿਬ ਤੱਕ ਪਹੁੰਚਾ ਪਹੁੰਚਾਉਂਦੀ ਸੀ ਮੰਜੀ ਪਰਨਾਲੀ ਦਾ ਸਿੱਖ ਧਰਮ ਦੇ ਇਤਿਹਾਸ ਵਿੱਚ ਵਿਸ਼ੇਸ਼ ਮਤਵ ਹੈ ਡਾਕਟਰ ਗੋਕੁਲ ਚੰਦ ਨਰੰਗ ਦੇ ਸ਼ਬਦਾਂ ਵਿੱਚ ਗੁਰੂ ਜੀ ਦੇ ਇਸ ਕੰਮ ਨੇ ਸਿੱਖ ਧਰਮ ਦੀ ਨੀਂਹ ਮਜ਼ਬੂਤ ਕਰਨਾ ਅਤੇ ਦੇਸ਼ਾਂ ਦੇ ਹਾਂ ਜੀ ਦੇਸੰਦੀ ਸਾਰੇ ਭਾਗਾਂ ਵਿੱਚ ਪ੍ਰਚਾਰ ਕੰਮ ਨੂੰ ਵਧਾਉਣ ਵਿੱਚ ਵਿਸ਼ੇਸ਼ ਯੋਗਦਾਨ ਦਿੱਤਾ ਠੀਕ ਹੈ ਜੀ ਇਹ ਮੰਜੀ ਪ੍ਰਥਾ ਤੁਸੀਂ ਨੋਟ ਕਰ ਲੈਣਾ ਇਹ ਵੈਰੀ ਵੈਰੀ ਇੰਪੋਰਟੈਂਟ ਆ ਇਹ ਜ਼ਿਆਦਾਤਰ ਮੈਂ ਦੇਖਿਆਗਾ ਕਿ ਹਰ ਇੱਕ ਸਾਲ ਜਿਹੜਾ ਫਾਈਨਲ ਪੇਪਰਾਂ ਦੇ ਵਿੱਚ ਇਹ ਕੁਐਸਚਨ ਆ ਜਾਂਦਾਗਾ ਤਾਂ ਤੁਸੀਂ ਇਸ ਨੂੰ ਛੱਡਣਾ ਨਹੀਂ ਹੈਗਾ ਚੰਗੀ ਤਰ੍ਹਾਂ ਇਸ ਨੂੰ ਪੜ ਲੈਣਾ ਕੁਐਸਚਨ ਨੂੰ ਮੰਜੀ ਪ੍ਰਥਾ ਵਾਲਿਆਂ ਨੂੰ ਠੀਕ ਹੈ ਜੀ ਇਸ ਤੋਂ ਬਾਅਦ ਆਪਾਂ ਅਗਲਾ ਪਰੇਸ਼ਨ ਦੇਖਦੇ ਆਂਗੇ ਹਾਂ ਜੀ ਅਗਲਾ ਪ੍ਰਸ਼ਨ ਤੁਹਾਡਾ ਇਸ ਪ੍ਰਕਾਰ ਹੈ ਕਿ ਸੀਮਾ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿਹੜੇ-ਕਿਹੜੇ ਰੀਤੀ ਰਿਵਾਜਾਂ ਦਾ ਖੰਡਨ ਕੀਤਾ ਮਤਲਬ ਉਹ ਕਿਹੜੇ-ਕਿਹੜੇ ਰੀਤੀ ਰਿਵਾਜ ਸੀਗੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਜਿਨ੍ਹਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜਿਹੜਾ ਖੰਡਨ ਕੀਤਾ ਸੀ ਜਾਨਕਿ ਉਹਨਾਂ ਦਾ ਵਿਰੋਧ ਕੀਤਾ ਸੀਗਾ ਕਿਉਂਕਿ ਉਹ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਸਹੀ ਨਹੀਂ ਲੱਗੇ ਸੀਗੇ ਤਾਂ ਆਪਾਂ ਦੇਖਦੇ ਹਾਂ ਜਿਵੇਂ ਕਿ ਉਸ ਦੇਖ ਸਕਦੇ ਹੋਗੇ ਗੁਰੂ ਨਾਨਕ ਸਾਹਿਬ ਦਾ ਵਿਚਾਰ ਸੀ ਕਿ ਬਾਹਰੀ ਕਰਮ ਕਾਂਡਾਂ ਵਿੱਚ ਸੱਚੀ ਧਾਰਮਿਕ ਸ਼ਰਧਾ ਭਗਤੀ ਲਈ ਕੋਈ ਜਗ੍ਹਾ ਨਹੀਂ ਸੀ ਇਸ ਲਈ ਉਹਨਾਂ ਨੇ ਕਰਮਕਾਂਡਾਂ ਦਾ ਖੰਡਨ ਕੀਤਾ ਇਹ ਗੱਲਾਂ ਸੰਨ ਵੇਦ 사ਸਤ ਮੂਰਤੀ ਠੀਕ ਹੈ ਜੀ ਪੂਜਾ ਤੀਰਥ ਯਾਤਰਾ ਅਤੇ ਮਨੁੱਖੀ ਜੀਵਨ ਦੇ ਮਤਪੂਰਨ ਮੋਖਾਂ ਨਾਲ ਜੁੜੇ ਫਜ਼ੂਲ ਦੇ ਸੰਸਕਾਰ ਵਿਧੀ ਅਤੇ ਰੀਤੀ ਰਿਵਾਜ ਗੁਰੂ ਨਾਨਕ ਦੇਵ ਜੀ ਨੇ yogੀਆਂ ਦੀ ਪ੍ਰਣਾਲੀ ਨੂੰ ਵੀ ਅਵਿਸ਼ਕਾਰ ਕੀਤਾ ਯਾਨੀ ਕਿ yogੀਆਂ ਨੂੰ ਵੀ ਅਵਿਸ਼ਕਾਰ ਕੀਤਾ ਸੀਗਾ ਜਿਹੜਾ ਨਜ਼ਰ ਕੰਮ ਸੀਗਾ ਇਸ ਦੇ ਦੋ ਮੁੱਖ ਕਾਰਨ ਸੰਨ yogੀਆਂ ਦੁਆਰਾ ਠੀਕ ਹੈ ਜੀ ਪਰਮਾਤਮਾ ਪ੍ਰਤੀ ਵਿਹਾਰ ਵਿੱਚ ਸ਼ਰਧਾ ਭਗਤੀ ਦੀ ਅਨਹੋਂਦ ਤੇ ਆਪਣਾ ਮੱਥਵਾਸੀ ਜੀਵਨ ਵਿੱਚ ਸਮਾਜਿਕ ਜ਼ਿੰਮੇਵਾਰੀਆਂ ਤੋਂ ਮੂੰਹ ਮੋੜਨਾ ਗੁਰੂ ਨਾਨਕ ਦੇਵ ਜੀ ਨੇ ਵੇਸ਼ਨਭੂ ਭਗਤੀ ਨੂੰ ਸਵੀਕਾਰ ਨਾ ਕੀਤਾ ਤੇ ਆਪਣਾ ਠੀਕ ਹੈ ਜੀ ਵਿਚਾਰਧਾਰਾ ਵਿੱਚ ਆਵਾਤਵਾਦ ਨੂੰ ਵੀ ਕੋਈ ਥਾਂ ਨਾ ਦਿੱਤੀ ਇਸ ਤੋਂ ਇਲਾਵਾ ਉਹਨਾਂ ਨੇ ਮੁੱਲਾਂ ਲੋਕਾਂ ਦੇ ਵਿਸ਼ਵਾਸਾਂ ਪ੍ਰਥਾ ਤੇ ਵਿਹਾਰਾਂ ਦਾ ਖੰਡਨ ਕੀਤਾ ਠੀਕ ਹੈ ਜਿੰਨਾਂ ਚੀਜ਼ਾਂ ਦੇ ਖੰਡਨ ਕੀਤਾ ਸੀਗਾ ਕਿਉਂਕਿ ਜੋ ਗੁਰੂ ਨਾਨਕ ਦੇਵ ਜੀ ਨੂੰ ਬਹੁਤ ਸਹੀ ਲੱਗਦਾ ਸੀਗਾ ਤੇ ਉਹ ਸਹੀ ਕਰਦੇ ਸੀਗੇ ਕਿਉਂਕਿ ਉਹ ਉਹਨਾਂ ਨੂੰ ਸਭ ਪਤਾ ਸੀਗਾ ਤਾਂ ਕਰਕੇ ਜਿਹੜਾ ਇਹ ਤੁਹਾਡਾ ਇਹ ਸਰਕਾਰ ਦਾ ਕੌਨਸਲ ਜਿੰਨਾਂ ਚੀਜ਼ਾਂ ਦਾ ਸ੍ਰੀ ਗੁਰੂ ਨਾਨਕ ਦੇਵ ਜੀ ਨੇਗੇ ਜਿਹੜੇ ਹੈਗੇ ਹੈ ਉਹ ਖੰਡਨ ਕੀਤਾ ਸੀ ਤਾਂ ਇਸ ਨੂੰ ਜ਼ਰੂਰ ਪੜ੍ਹ ਦੇਣਾ ਇਹ ਵੀ ਵੈਰੀ ਵੈਰੀ ਇੰਪੋਰਟੈਂਟ ਆ ਠੀਕ ਹੈ ਜੀ ਤਾਂ ਇਸ ਤੋਂ ਬਾਅਦ ਆਪਾਂ ਨੈਕਸਟ ਪ੍ਰੈਸ਼ਨ ਦੇਖਦੇ ਆਂਗੇ ਅਜੀਤਨ ਤਿੰਨ ਤਿੰਨ ਨੰਬਰਾਂ ਵਾਲੀ ਕਵਿਚਨ ਨੇਗੇ ਤੁਸੀਂ ਨੇ ਇਹ ਚਾਰ ਪੰਜ ਰੈਨਾਂ ਦੇ ਵਿੱਚ ਜ਼ਰੂਰ ਲਿਖਣੇ ਹੈਗੇ ਇਸ ਤੋਂ ਬਾਅਦ ਸੱਤਵਾਂ ਗਾ ਤੇ ਅੱਠਾਂ ਅੱਠਵਾਂ ਵੀ ਪੜ ਲੈਣੇ ਨਾਲ ਦੀ ਨਾਲ ਸੱਤਵਾਂ ਗਾ ਚੌਣ ਮੁਹੀਮ ਤੋਂ ਕੀ ਭਾਵ ਹੈ ਅੱਠਵਾਂ ਗਾ ਸਰਵ ਵਿਆਪਕ ਬਾਲਗ ਮਾਤਰ ਅਧਿਕਾਰ ਤੋਂ ਕੀ ਭਾਵ ਹੈ ਚਲੋ ਆਪਾਂ ਇਹਨਾਂ ਦੇ ਜਿਹੜੇ ਦੋਨਾਂ ਦੇ ਆਨਸਰ ਦੇਖ ਲੈਣੇ ਹੈਗੇ ਠੀਕ ਹੈ ਜੀ ਨਾ ਜੇ ਕੋ ਚੈਨਲ ਨੂੰ ਹਜ ਤੱਕ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਕਿਉਂਕਿ ਸਬਸਕ੍ਰਾਈਬ ਕਰਨ ਵੇ ਤੁਹਾਡੇ ਹੀ ਫਾਇਦਾਗਾ ਹਾਂਜੀ ਚੋਣ ਮੁਹਿੰਮ ਤੋਂ ਕੀ ਭਾਵ ਹੈ ਜਦੋਂ ਨਾਮਜ਼ਦਗੀ ਪੱਤਰ ਵਾਪਸ ਲੈਣ ਦੀ ਮਿਤੀ ਖਤਮ ਹੋ ਜਾਂਦੀ ਹੈ ਤਾਂ ਉਸ ਤੋਂ ਬਾਅਦ ਸਾਰੇ ਉਮੀਦਵਾਰਾਂ ਨੂੰ ਘੱਟ ਤੋਂ ਘੱਟ 20 ਦਿਨ ਚੋਣ ਪ੍ਰਚਾਰ ਦੇ ਲਈ ਦਿੱਤੇ ਜਾਂਦੇ ਹਨ ਮਤਲਬ ਜਿਹੜੇ ਬੰਦੇ ਇਲੈਕਸ਼ਨ ਦੇ ਵਿੱਚ ਖੜੇ ਹੁੰਦੇ ਹਨ ਜਾਨੀ ਕਿ ਮੁੱਖ ਖੜੇ ਹੁੰਦੇ ਹਨ ਤਾਂ ਉਹਨਾਂ ਨੂੰ ਜਿਵੇਂ ਠੀਕ ਹੈ ਜੀ ਜਿਹੜਾ ਨਾਮਜ਼ਦਗੀ ਪੱਤਰ ਹੁੰਦਾ ਹੋ ਉਹਨਾਂ ਤੋਂ ਬਾਅਦ ਲਿਆ ਜਾਂਦਾ ਹੈਗਾ ਜਦੋਂ ਤਰੀਖ ਖਤਮ ਹੋ ਜਾਂਦੀ ਹੈਗੀ ਉਸ ਦੀ ਤੇ ਉਹਨਾਂ ਨੂੰ 20 ਦਿਨਾਂ ਦਾ ਠੀਕ ਹੈ ਜੀ ਚੋਣ ਪ੍ਰਚਾਰ ਦੇ ਲਈ ਦਿੱਤੇ ਜਾਂਦੇ ਹਨ ਮਤਲਬ ਪਿੰਡਾਂ ਦੇ ਵਿੱਚ ਜਦੋਂ ਜਾਂਦੇ ਨੇ ਕਿ ਜੀਕ ਜੀ ਉਮੀਦਵਾਰ ਉਹ ਚੋਣ ਪ੍ਰਚਾਰ ਕਰਨ ਦੇ ਲਈ ਤਾਂ ਉਹਨਾਂ ਨੂੰ 20 ਦਿਨ ਦਿੱਤੇ ਜਾਂਦੇ ਨੇ ਇਸ ਚੋਣ ਪ੍ਰਚਾਰ ਨੂੰ ਹੀ ਚੋਣ ਮਹੀਮ ਦਾ ਨਾਮ ਦਿੱਤਾ ਗਿਆ ਹੈ ਇਸ ਨੂੰ ਹੀ ਆਪਾਂ ਜਿਹੜਾ ਚੋਣ ਚੋਣ ਮਹੀਮ ਕਹਿੰਦੇ ਆ ਇਸ ਸਮੇਂ ਦੇ ਦੌਰਾਨ ਠੀਕ ਹੈ ਜੀ ਚੋਣ ਲੜਨ ਰਹੇ ਸਾਰੇ ਉਮੀਦਵਾਰ ਆਪ ਬਕ ਵਿੱਚ ਪ੍ਰਚਾਰ ਕਰਦੇ ਹਨ ਤਾਂ ਕਿ ਵੱਧ ਤੋਂ ਵੱਧ ਵੋਟਾਂ ਉਹਨਾਂ ਨੂੰ ਮਿਲ ਸਕਣਾਂ ਠੀਕ ਹੈ ਰਾਜਨੀਤਿਕ ਦਲ ਅਤੇ ਉਮੀਦਵਾਰ ਜਨਤਾ ਨੂੰ ਆਪਣੇ ਪੱਖ ਵਿੱਚ ਕਰਨ ਲਈ ਘੋਸ਼ਣਾ ਪੱਤਰ ਸਾਹਮਣੇ ਲਿਆਉਂਦੀ ਹਨ ਅਤੇ ਜਨਤਾ ਦੇ ਨਾਲ ਨਾਲ ਠੀਕ ਹੈ ਨਾਲ ਬਹੁਤ ਸਾਰੇ ਵਾਅਦੇ ਵੀ ਕੀਤੇ ਜਾਂਦੇ ਹਨ ਚੋਣ ਤੋਂ 48 ਘੰਟੇ ਪਹਿਲਾਂ ਇਸ ਨੂੰ ਬੰਦ ਕਰ ਦਿੱਤਾ ਜਾਂਦਾ ਹੈ ਮਤਲਬ ਜਦੋਂ ਚੋਣਾ ਹੋਣੀ ਆ ਹੁੰਦੀ ਨਹੀਂ ਕਿ ਤਾਂ ਉਸ ਤੋਂ 48 ਘੰਟੇ ਮਤਲਬ 2 ਦਿਨ ਪਹਿਲਾਂ ਜਦੋਂ ਇਸ ਨੂੰ ਬੰਦ ਕਰ ਦਿੱਤਾ ਜਾਂਦਾ ਹੈ ਜਾਨੀ ਕਿ ਚੋਣ ਮਹੀਮ ਨੂੰ ਤਾਂ ਇਹ ਤੁਹਾਡਾ ਜਿਹੜਾ ਆਨਸਰ ਹੈ ਇਹ ਨੋਟ ਕਰ ਲਓ ਇਸ ਤੋਂ ਬਾਅਦ ਆਪਾਂ ਅਗਲਾ ਦੇਖਦੇ ਹਾਂਗੇ ਹਾਂਜੀ ਸਰਵ ਵਿਆਪਕ ਮਤ ਅਧਿਕਾਰ ਤੋਂ ਕੀ ਪਤਾ ਹੈ ਇੱਕ ਅਧਿਕਾਰ ਹੈਗਾ ਇਹ ਅਧਿਕਾਰ ਬਾਰੇ ਆਪਾਂ ਪੜ੍ਹਦੇ ਆਂਗੇ ਜਦੋਂ ਦੇਸ਼ ਦੇ ਸਾਰੇ ਬਾਲਗ ਨਾਗਰਿਕਤਾ ਨੂੰ ਮਤ ਦੇਣ ਦਾ ਅਧਿਕਾਰ ਹੁੰਦਾ ਹੈ ਤਾਂ ਉਸ ਨੂੰ ਸਰਵ ਵਿਆਪਕ ਮਤ ਅਧਿਕਾਰ ਕਿਹਾ ਜਾਂਦਾ ਹੈ ਜਾਨਕਿ ਜਦੋਂ ਉਹਨਾਂ ਨੂੰ ਨਾਗਰਿਕਤਾ ਨੂ ਮਤ ਦੇਣ ਦਾ ਅਧਿਕਾਰ ਹੁੰਦਾ ਹੈ ਤਾਂ ਉਹਨਾਂ ਨੂੰ ਆਪਾਂ ਸਰਵੇ ਵਿਆਪਕ ਮਤ ਕਹਿਣੀ ਹੈਗੀ ਠੀਕ ਹੈ ਜੀ ਮਤ ਦਾ ਅਧਿਕਾਰ ਦਿੰਦੇ ਸਮੇਂ ਲਿੰਗ ਜਾਤੀ ਧਰਮ ਸੰਪਤੀ ਆਦਿ ਦੇ ਆਧਾਰ ਤੇ ਕੋਈ ਭੇਦਭਾਵ ਨਹੀਂ ਕੀਤਾ ਜਾਂਦਾ ਠੀਕ ਹੈ ਜੀ ਇਹਨਾਂ ਗੱਲਾਂ ਦਾ ਕੋਈ ਭੇਦਭਾਵ ਨਹੀਂ ਕੀਤਾ ਜਾਂਦਾ ਤਾਂ ਇਹ ਤੁਹਾਡਾ ਆਨਸਰ ਹੈ ਇਹ ਨੋਟ ਕਰ ਲਓ ਠੀਕ ਹੈ ਚੰਗੀ ਤਰ੍ਹਾਂ ਇਸ ਦੇ ਨਾਲ ਹੀ ਆਪਣੀ ਜਿਹੜੇ ਹੈਗੇ ਨੇ ਉਹ ਤਿੰਨ ਤਿੰਨ ਨੰਬਰਾਂ ਵਾਲੀ ਜਿਹੜੇ ਹੈਗੇ ਨੇ ਕਵਿਸ਼ਨ ਹੋ ਕੰਪਲੀਟ ਹੋ ਰਹੇ ਨੇਗੇ ਇਸ ਤੋਂ ਬਾਅਦ ਆਪਾਂ ਜਿਹੜੇ ਵੱਡੇ ਕਵਿਸ਼ਨ ਦੇਖਦੇ ਆਂਗੇ ਵੱਡੇ ਕੌਂਸ਼ਨੇਗੇ ਭਾਗ ਸਸਾ ਦੇ ਵਿੱਚ ਜਿਵੇਂ ਤੁਸੀਂ ਦੇਖ ਸਕਦੇ ਹੋ ਕਿ ਪੰਜ ਅਪ੍ਰੇਸ਼ਨ ਨੇਗੇ ਠੀਕ ਹੈ ਜੀ ਪੰਜ ਹੀ ਹੈਗੇ ਨੇ ਜਿਹੜੇ ਉਹ ਚਾਰ-ਚਾਰ ਨੰਬਰ ਦੇ ਨੇ ਯਾਨੀ ਕਿ ਟੋਟਲ ਤੁਹਾਡੇ 20 ਨੰਬਰ ਹੋ ਗਏ ਨੇ ਪਹਿਲਾ ਪ੍ਰਵਾਸ ਦੇ ਕੀ ਕੀ ਮੁੱਖ ਕਾਰਨ ਹੋ ਸਕਦੇ ਹਨ ਜਿਹੜਾ ਪ੍ਰਵਾਸ ਹੈ ਉਸ ਦੇ ਕੀ ਕੀ ਮੁੱਖ ਕਾਰਨ ਹੋ ਸਕਦੇ ਨੇਗੇ ਦੂਜਾ ਹੈਗਾ ਆਰਥਿਕ ਅਤੇ ਅਨਹਾਰਥਿਕ ਗਰੇਵਾਂ ਵਿੱਚ ਕੀ ਅੰਤਰ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਤੋਂ ਸਾਨੂੰ ਕੀ ਸਿੱਖਿਆਵਾਂ ਮਿਲਦੀਆਂ ਨੇਗੀਆਂ ਚੌਥਾ ਹੈਗਾ ਲੋਕਤੰਤਰ ਦੇ ਰਾਹ ਵਿੱਚ ਹੋਣ ਵਾਲੀਆਂ ਮੁੱਖ ਰੁਕਾਵਟਾਂ ਦੇ ਵਰਨਨ ਕਰੋ ਪੰਜਵਾਂ ਹੈਗਾ ਭਾਰਤੀਕ ਧਰਮ ਨਿਰਪੱਖ ਦੇਸ਼ ਹੈ ਵਿਆਖਿਆ ਕਰੋ ਚਲੋ ਆਪਾਂ ਇਹਨਾਂ ਦੀ ਇਕੱਠਿਆਂ ਦੀ ਆਨਸਰ ਦੇਖਦੇ ਹਾਂ ਕਿ ਪਹਿਲਾਂ ਸਭ ਤੋਂ ਦੇਖਦੇ ਹਾਂ ਕਿ ਪ੍ਰਵਾਸ ਦੇ ਕੀ ਕੀ ਮੁੱਖ ਕਾਰਨ ਹੋ ਸਕਦੇ ਨੇਗੇ ਮੈਂ ਤੁਹਾਨੂੰ ਇਹਨਾਂ ਦੇ ਆਨਸਰ ਕਰਵਾਉਣਾ ਅਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਣਾ ਮੇਰੀ ਤੁਹਾਨੂੰ ਹੱਥ ਬਨ ਕੇ ਬੇਨਤੀ ਹੈਗੀ ਕਿਉਂਕਿ ਵੀਡੀਓ ਤੁਹਾਡੇ ਲਈ ਹੈਗੀ ਠੀਕ ਹੈ ਹੋਰ ਕਿਸੇ ਲਈ ਨਹੀਂ ਹੈਗੀ ਤਾਂ ਵੀਡੀਓ ਨੂੰ ਤੁਸੀਂ ਐਂਡ ਤੱਕ ਜਰੂਰ ਦੇਖਦੇ ਰਹਿਣਾਗਾ ਠੀਕ ਹੈ ਜੀ ਕਿਉਂਕਿ ਮੈਨੂੰ ਪਤਾ ਲੱਗ ਜਾਂਦਾ ਜਿਹੜੇ ਵਿਦਿਆਰਥੀ ਪੂਰਾ ਵੀਡੀਓ ਨਹੀਂ ਦੇਖਦੇ ਠੀਕ ਹੈ ਜੀ ਤਾਂ ਮੈਂ ਤੁਹਾਨੂੰ ਕਰਵਾਉਣਾ 1 ਮਿੰਟ ਤੇ ਹਾਂਜੀ ਜਿਵੇਂ ਕਿ ਪ੍ਰਵਾਸ ਦੇ ਕਿ ਕਿ ਮੁੱਖ ਕਾਰਨ ਹੋ ਸਕਦੇ ਹਨ ਕਿ ਅਤੇ ਇਸ ਦੇ ਵਿੱਚ ਜਿਹੜਾ ਪਹਿਲੇ ਕਵਿਸ਼ਨ ਦੇ ਵਿੱਚ ਤੁਹਾਨੂੰ ਜਾਂ ਆਊਗੀ ਠੀਕ ਹੈ ਜੀ ਜਾਂ ਠੀਕ ਹੈ ਜਾਂ ਹੁੰਦੀ ਹੈ ਨਾ ਤੇਰੀ ਜਾਂ ਉਹ ਤੁਹਾਨੂੰ ਆਊਗੀ ਇਸ ਕਵਿਸ਼ਨ ਦੇ ਵਿੱਚ ਤਾਂ ਇੱਥੇ ਜਿਹੜੀ ਹੈਗੀ ਮਿਸ ਪ੍ਰਿੰਟ ਹੋਇਆ ਹੋਇਆ ਅਤੇ ਪ੍ਰਵਾਸ ਦੇ ਨਾਲ ਜਿਹੜੀ ਜਾਂ ਜਾਂ ਵਾਲਾ ਕਵਿਸ਼ਨ ਮੈਂ ਤੁਹਾਨੂੰ ਉਸ ਦਾ ਆਨਸਰ ਦਿਖਾਉਣਾਗਾ ਠੀਕ ਹੈ ਜੀ 1 ਮਿੰਟ ਹਾਂਜੀ ਜਿਵੇਂ ਕਿ ਤੁਹਾਨੂੰ ਜਾਂ ਵਾਲੇ ਵਿੱਚ ਆਊਗੀ ਵਰਖਾ ਕਿੰਨੇ ਪ੍ਰਕਾਰ ਦੀ ਹੁੰਦੀ ਹੈ ਵਿਸਤਾਰ ਨਾਲ ਲਿਖੋ ਜਿਹੜੀ ਵਰਖਾ ਹੁੰਦੀ ਹੈਗੀ ਉਹ ਤਿੰਨ ਪ੍ਰਕਾਰ ਦੀ ਹੁੰਦੀ ਹੈ ਯਾਨਕਿ ਸਵਹਣੀ ਯਾਨਕਿ ਕਨਵੈਕਟਿਵਲ ਅਤੇ ਇਸ ਤੋਂ ਬਾਅਦ ਹੈਗਾ ਪ੍ਰਬਤੀ ਵਰਖਾ ਯਾਨਕਿ ਓਰੋਗ੍ਰਾਫਿਕ ਰੇਣਪਾਲ ਇਸ ਤੋਂ ਬਾਅਦ ਹੈਗਾ ਤੀਜਾ ਚੱਕਰਵਾਤੀ ਵਰਖਾ ਯਾਨਕਿ ਸਾਈਕਲੋਨਿਕ ਵਰਖਾ ਤਾਂ ਆਪਾਂ ਇਹਨਾਂ ਦੀ ਜਿਹੜੀ ਦੇਖਦੇ ਆਂਗੇ ਪੂਰੇ ਡਿਫਾਈਨ ਦੇ ਵਿੱਚ ਜਿਵੇਂ ਕੀ ਹੈਗਾ ਸਵਹਣੀ ਠੀਕ ਹੈ ਜੀ ਵਰਖਾ ਉਮਧ ਰੇਖਾ ਦੇ ਤੇ ਸਾਰਾ ਸਾਲ ਠੀਕ ਹੈ ਜੀ ਸਿੱਧੀਆਂ ਕਿੰਨਾ ਪੈਂਦੀ ਹਨ ਅਤੇ ਇਸ ਕਰਕੇ ਉੱਥੇ ਬਹੁਤ ਜ਼ਿਆਦਾ ਗਰਮੀ ਹੁੰਦੀ ਹੈ ਕਾਰਨ ਬਾਧੂ ਦਬਾਅ ਕਾਫੀ ਘਟ ਜਾਂਦਾ ਹੈ ਠੀਕ ਹੈ ਜੀ ਇਹ ਤੁਹਾਡਾ ਜਿਹੜਾ ਆਨਸਰ ਹੈਗਾ ਇਹੇ ਨੋਟ ਕਰ ਲੈਣਾ ਕਿਸ ਨੂੰ ਠੀਕ ਹੈ ਜੀ ਇੱਕ ਮਿੰਟ ਮੈਂ ਤੁਹਾਨੂੰ ਐਂ ਦਿਖਾ ਦਿੰਦਾ ਹਾਂ ਹਾਂਜੀ ਉਹ ਇਹ ਤੁਹਾਨੂੰ ਸਹੀ ਦਿਖ ਰਿਹਾ ਤੁਸੀਂ ਇਹਨੂੰ ਨੋਟ ਕਰ ਲਵੋ ਇਸ ਤੋਂ ਬਾਅਦ ਜਿਹੜੇ ਅਗਲੇ ਨੇ ਕਿ ਪੁਆਇੰਟ ਇਸ ਨੂੰ ਵੀ ਦੇਖ ਲੈਣੀ ਚੱਕਰਵਰਤੀ ਵਰਖਾ ਠੀਕ ਹੈ ਜੀ ਇਸ ਨੂੰ ਪੜ੍ਹ ਲਓ ਚੱਕਰਵਰਤੀ ਵਰਖਾ ਕੀ ਹੁੰਦੀ ਹੈ ਇਹ ਵੈਸੇ ਤੁਸੀਂ ਐਂ ਪੜ੍ਹ ਲਓ ਠੀਕ ਹੈ ਜੀ ਕਿਉਂਕਿ ਤੁਹਾਡੀ ਨੋਲਿਜ ਦੇ ਲਈ ਹੈਗਾ ਜਿਹੜਾ ਇੰਪੋਰਟ ਤੁਹਾਡੀ ਗੇਨ ਹੁੰਦੀ ਆ ਤਾਂ ਇਸ ਨੂੰ ਪੜ ਲੈਣਾ ਇਸ ਤੋਂ ਬਾਅਦ ਹੈਗਾ ਆਰਥਿਕ ਕਿਰਿਆਵਾਂ ਅਤੇ ਅਨਾਹਾਰਥਿਕ ਕਿਰਿਆਵਾਂ ਜਿਹੜੀਆਂ ਆਰਥਿਕ ਤੇ ਅਨਾਹਾਰਥਿਕ ਕਿਰਿਆਵਾਂ ਨੇਗੀਆਂ ਇਹ ਕੌਂਸ਼ਨ ਹੈ ਵੈਰੀ ਵੈਰੀ ਇੰਪੋਰਟੈਂਟ ਹੈ ਠੀਕ ਹੈ ਜੀ ਵੈਰੀ ਵੈਰੀ ਇੰਪੋਰਟੈਂਟ ਹੈ ਇਸ ਨੂੰ ਚੰਗੀ ਤਰ੍ਹਾਂ ਪੜ ਲੈਣਾ ਪਹਿਲਾ ਹੈਗਾ ਆਰਥਿਕ ਕਿਰਿਆਵਾਂ ਆਰਥਿਕ ਬੋਸਤਾ ਵਿੱਚ ਵਸਤੂਆਂ ਤੇ ਸਵੰਮ ਦਾ ਪ੍ਰਵਾਹ ਨਹੀਂ ਕਰਦੀਆਂ ਸੋਰੀ ਪ੍ਰਵਾਹ ਕਰਦੀਆਂ ਨੇਗੀਆਂ ਇਹਨਾਂ ਦੇ ਵਿੱਚ ਹੈਗਾ ਇਨ ਵਿੱਚ anarchic ਰਿਆਵਨ ਨਾਲ ਵਸਤੂਆਂ ਤੇ ਸਮਾਨਮਤ ਦਾ ਕੋਈ ਪ੍ਰਵਾਹ ਅਰਥਵਿਵਸਥਾ ਵਿੱਚ ਨਹੀਂ ਹੁੰਦਾ ਯਾਨੀ ਕਿ ਇਸ ਦੇ ਵਿੱਚ ਨਹੀਂ ਹੁੰਦਾ ਉਸ ਦੇ ਵਿੱਚ ਇਹ ਪ੍ਰਵਾਹ ਉਹ ਹੁੰਦਾਗਾ ਇਸ ਤੋਂ ਬਾਅਦ ਹੈਗਾ ਦੂਜਾ ਜਦੋਂ ਆਰਥਿਕ ਰਿਆਮ ਵਿੱਚ ਵਾਧਾ ਹੁੰਦਾ ਹੈ ਤਾਂ ਉਸ ਦਾ ਜਿਹੜਾ ਹੁੰਦਾਗਾ ਅਸ ਹੈ ਕਿ ਅਰਥਵਿਵਸਥਾ ਉਨਤੀ ਵਿੱਚ ਹੈ ਮਤਲਬ ਜਦੋਂ ਉਸ ਦੇ ਵਿੱਚ ਵਾਧਾ ਹੁੰਦਾਗਾ ਆਰਥਿਕ ਰਿਆਮਾਂ ਦੇ ਵਿੱਚ ਤਾਂ ਉਸ ਦਾ ਮਤਲਬ ਹੁੰਦਾ ਕਿ ਅਰਥ ਵਿਵਸਥਾ ਜਿਹੜੀ ਉਹ ਉਨਤੀ ਦੇ ਵਿੱਚ ਹੈ ਯਾਨੀ ਕਿ ਤਰੱਕੀ ਦੇ ਵਿੱਚ ਆ ਇਧਰੋਂ ਹੈਗਾ ਦੂਜਾ ਪੁਆਇੰਟ ਹੈ ਹਾਂਜੀ ਅਨਹਾਰਤੀ ਕਰਿਆਮਾ ਵਿੱਚ ਹੋਣ ਵਾਲਾ ਕੋਈ ਕੋਈ ਵੀ ਵਾਧਾ ਆਰਥਿਕ ਵਿਵਸਥਾ ਦੀ ਉਨਤੀ ਦਾ ਨਿਰਧਾਰਨਤ ਨਹੀਂ ਹੁੰਦਾ ਯਾਨੀ ਕਿ ਨਿਰਧਾਰਕ ਨਹੀਂ ਹੁੰਦਾ ਤਾਂ ਇਸ ਤੋਂ ਬਾਅਦ ਤੀਜਾ ਪੁਆਇੰਟ ਹੈ ਆਰਥਿਕ ਰਿਆਮਾ ਤੋਂ ਵਾਸਤਵਿਕ ਅਤੇ ਰਾਸ਼ਟਰੀ ਆਮਦਨ ਵਿੱਚ ਵਾਧਾ ਹੁੰਦਾ ਹੈ ਤਾਂ ਇੱਧਰ ਕੀ ਲਿਖਿਆ ਹੋਇਆ ਹੈ ਹਾਂਜੀ ਇੱਧਰ ਲਿਖਿਆ ਹੈ ਵੀ ਨਹੀਂ ਹੁੰਦਾ ਠੀਕ ਹੈ ਨਹੀਂ ਇੱਧਰ ਲਈ ਸਾਰੇ ਹੈਗੇ ਨਹੀਂ ਪੋਜ਼ਿਟਿਵ ਅਤੇ ਇੱਧਰ ਲਈ ਹੈਗੇ ਨੇਗੇਟਿਵ ਯਾਨੀ ਕਿ ਇੱਧਰ ਨਹੀਂ ਨਹੀਂ ਲੱਗ ਜਾਊਗਾ ਸਾਰਿਆਂ ਦੇ ਵਿੱਚ ਤੁਸੀਂ ਇੱਧਰ ਲਈ ਇਕੱਲੇ ਯਾਦ ਕਰ ਲਿਓ ਇੱਧਰ ਬਾਕੀ ਜਿਹੜੇ ਇੱਧਰ ਲੰਨੇਗਾ ਇਹਨਾਂ ਦੇ ਵਿੱਚ ਤੁਸੀਂ ਨਹੀਂ ਨਹੀਂ ਲਗਾ ਦੇਣਾ ਠੀਕ ਹੈ ਜੀ ਮੈਂ ਤੁਹਾਨੂੰ ਤਿੰਨੇ ਕਰਵਾ ਦਿੱਤੇ ਨੇ ਇਸ ਤੋਂ ਬਾਅਦ ਤੁਸੀਂ ਤਿੰਨੀ ਕਰ ਲੈਣੇ ਹੈਗੇ ਠੀਕ ਹੈ ਜੀ ਤਿੰਨੇ ਤੋਂ ਬਾਅਦ ਅਗਲਾ ਕਵਿਸ਼ਨ ਹੈਗਾ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਜੀਵਨ ਤੋਂ ਸਾਨੂੰ ਕੀ ਸਿੱਖਿਆਵਾਂ ਮਿਲਦੀਆਂ ਨੇਗੀਆਂ ਠੀਕ ਹੈ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਉਹਨਾਂ ਹੀ ਆਦਰਸ਼ ਹਨ ਜਿੰਨੀਆਂ ਕਿ ਉਹਨਾਂ ਦਾ ਜੀਵਨ ਉਹ ਕਰਮਕਾਂਡ ਜਤਪਾਤ ਉਹ ਨੀਚੇ ਆਦੀ ਤੰਗ ਵਿਚਾਰਾਂ ਤੋਂ ਕੋਹਾ ਦੂਰ ਹਸਨ ਉਹਨਾਂ ਨੂੰ ਤਾਂ ਹਾਂਜੀ ਸਤਿਨਾਮ ਨਾਲ ਫ੍ਰੇਮ ਸੀ ਅਸੀਂ ਇਸੇ ਦਾ ਸੁਨੇਹਾ ਉਹਨਾਂ ਨੇ ਆਪਣੇ ਸੰਪਰਕ ਵਿੱਚ ਆਉਣ ਵਾਲੇ ਹਰ ਇੱਕ ਪਨਾਣੀ ਨੂੰ ਦਿੱਤਾ ਠੀਕ ਹੈ ਜੀ ਤਾਂ ਆਪਾਂ ਦੇਖਦੇ ਆਂਗੇ ਤਾਂ ਇੱਕ ਮਿੰਟ ਤੇ ਹਾਂਜੀ ਪਹਿਲਾ ਪੁਆਇੰਟ ਆ ਗਿਆ ਨੀਚੇ ਦੇਖ ਸਕਦੇ ਸੀ ਪਰਮਾਤਮਾ ਦੀ ਮਹਿਮਾ ਜਿਹੜਾ ਪਰਮਾਤਮਾ ਸੰਬੰਧੀ ਵਿਚਾਰ ਠੀਕ ਜੀ ਕਿ ਪੁਆਇੰਟ ਪਹਿਲਾ ਪੁਆਇੰਟ ਹੋਰੇ ਤੱਕ ਠੀਕ ਜੀ ਇਥੋ ਵਜ ਇਹ ਦੋਵਾਂ ਚੀਜ਼ਾਂ ਨੇ ਡਿਫਾਈਨ ਕੀਤਾ ਗੁਰੂ ਸਾਹਿਬ ਨੇ ਪਰਮਾਤਮਾ ਜਾਂ ਈਸ਼ਵਰ ਦੀ ਮਹਿਮਾ ਦੀ ਵਿਆਖਿਆ ਆਪਣੀ ਹੀਟ ਲਿਖੇ ਵਿਚਾਰ ਅਨੁਸਾਰ ਕੀਤੀ ਆਪਾਂ ਦੇਖਦੇ ਹਾਂਗੇ ਹੀਟ ਲਿਖੇ ਵਿਚਾਰ ਹਾਂਜੀ ਆਗਰੇ ਸਾਰੇ ਪੁਆਇੰਟ ਇੰਨੇ ਚੰਗੀ ਜਿਹਾ ਪੜ ਲੈਣਾ ਕੋਈ ਤੁਸੀਂ ਵੀਡੀਓ ਨੂੰ ਰੋਕ ਕੇ ਮੈਂ ਵੀ ਤੁਹਾਨੂੰ ਪੜ ਕੇ ਸੁਣਾ ਦਿੰਨਾਗਾ ਠੀਕ ਹੈ ਜਿਵੇਂ ਕਿ ਹੈਗਾ ਪਰਮਾਤਮਾ ਨਿਰੰਕਾਰ ਅਤੇ ਅਮੂਰਤ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪਰਮਾਤਮਾ ਨੂੰ ਨਿਰੰਕਾਰ ਦੱਸਿਆ ਹੈ ਉਹਨਾਂ ਨੇ ਠੀਕ ਹੈ ਉਹਨਾਂ ਦੇ ਅਨੁਸਾਰ ਪਰਮਾਤਮਾ ਅਮੂਰਤ ਹੈ ਠੀਕ ਹੈ ਜੀ ਤੇ ਉਹ ਪਰਮਾਤਮਾ ਦੀ ਕੋਈ ਮੂਰਤ ਨਹੀਂ ਹੈਗੀ ਮਤਲਬ ਮੂਰਤੀ ਨਹੀਂ ਹੈਗੀ ਇਸ ਲਈ ਉਸ ਦੀ ਠੀਕ ਹੈ ਜੀ ਮੂਰਤੀ ਬਣਾ ਕੇ ਪੂਜਾ ਨਹੀਂ ਕਰਨੀ ਚਾਹੀਦੀ ਠੀਕ ਹੈ ਪਰਮਾਤਮਾ ਦੀ ਠੀਕ ਹੈ ਜੀ ਜਿਵੇਂ ਕਿ ਅਨ ਦੂਜੇ ਧਰਮਾਂ ਦੇ ਵਿੱਚ ਜਿਹੜੀਆਂ ਮੂਰਤੀਆਂ ਦੀ ਜਿਹੜੀ ਪੂਜਾ ਕੀਤੀ ਜਾਂਦੀ ਹੈ ਪਰ ਜਿਹੜਾ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਹਨਾਂ ਦਾ ਵਿਰੋਧ ਕੀਤਾ ਸੀਗਾ ਮਤਲਬ ਉਹਨਾਂ ਨੇ ਖੰਡਨ ਕੀਤਾ ਸੀ ਵੀ ਨਾ ਸਾਨੂੰ ਮੂਰਤੀ ਦੀ ਮੂਰਤੀ ਦੀ ਪੂਜਾ ਨਹੀਂ ਕਰਨੀ ਚਾਹੀਦੀ ਕਿਉਂਕਿ ਉਹਨਾਂ ਨੇ ਕਿਹਾ ਸੀਗਾ ਕਿ ਜਿਹੜਾ ਪਰਮਾਤਮਾ ਹੈਗਾ ਪਰਮਾਤਮਾ ਦੀ ਕੋਈ ਮੂਰਤ ਨਹੀਂ ਹੈਗੀ ਮਤਲਬ ਕੋਈ ਮੂਰਤੀ ਨਹੀਂ ਹੈਗੀ ਇਸ ਤੋਂ ਅਗਲਾ ਪੁਆਇੰਟ ਹੈ ਪਰਮਾਤਮਾ ਸਰਬ ਵਿਆਪਕ ਤੇ ਸਰਬ ਸ਼ਕਤੀਮਾਨ ਹੈ ਠੀਕ ਹੈ ਜੀ ਗੁਰੂ ਨਾਨਕ ਦੇਵ ਜੀ ਨੇ ਪ੍ਰਮਾਤਮਾ ਨੂੰ ਸਰਵ ਵਿਆਪਕ ਤੇ ਸਰਵ ਸ਼ਕਤੀਮਾਨ ਦੱਸਿਆ ਹੈ ਉਹਨਾਂ ਦੇ ਅਨੁਸਾਰ ਪ੍ਰਮਾਤਮਾ ਸੰਸਾਰ ਦੇ ਕਣ-ਕਣ ਵਿੱਚ ਮੌਜੂਦ ਹੈ ਮਤਲਬ ਹਰ ਇੱਕ ਚੀਜ਼ ਦੇ ਸੰਸਾਰ ਦੀ ਹਰ ਇੱਕ ਚੀਜ਼ ਦੇ ਵਿੱਚ ਜਿਹੜਾ ਪ੍ਰਮਾਤਮਾ ਦਾ ਉਹ ਮੌਜੂਦ ਆ ਸਾਰਾ ਸੰਸਾਰ ਉਸ ਦੀ ਸ਼ਕਤੀ ਨਾਲ ਹੀ ਚੱਲ ਰਿਹਾ ਹੈ ਮਤਲਬ ਸੰਸਾਰਾ ਸੰਸਾਰ ਚੱਲ ਰਿਹਾ ਹੈਗਾ ਉਹ ਪ੍ਰਮਾਤਮਾ ਦੇ ਨਾਲ ਹੀ ਚੱਲ ਰਿਹਾ ਹੈਗਾ ਜਾਨੀ ਕਿ ਪ੍ਰਮਾਤਮਾ ਦੀ ਸ਼ਕਤੀ ਦੇ ਨਾਲ ਹੀ ਚੱਲ ਰਿਹਾ ਹੈਗਾ ਇਸ ਤੋਂ ਬਾਅਦ ਆਏਗਾ ਅਗਲਾ ਪ੍ਰਮਾਤਮਾ ਦੇ ਆਲੂ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਕਹਿਣਾ ਸੀ ਕਿ ਪ੍ਰਮਾਤਮਾ ਦੇ ਆਲੂ ਹੈ ਉਹੋ ਜ਼ਰੂਰਤ ਪੈਂਦੀ ਹੈ ਆਪਣੇ ਭਗਤਾਂ ਦੀ ਮਦਦ ਕਰਦਾ ਹੈ ਭਗਤਾਂ ਮਤਲਬ ਲੋਕ ਠੀਕ ਜੀ ਉਹਦੇ ਆਲੂ ਆ ਜਦੋਂ ਲੋਕਾਂ ਨੂੰ ਕਿਸੇ ਨੂੰ ਵੀ ਆਪਾਂ ਨੂੰ ਜ਼ਰੂਰਤ ਹੁੰਦੀ ਹੈ ਤਾਂ ਪਰਮਾਤਮਾ ਆਪਣੇ ਨਾਲ ਖੜਦਾ ਹੈਗਾ ਜੋ ਲੋਕ ਸਾਰੇ ਕੰਮ ਪਰਮਾਤਮਾ ਤੇ ਸੜ ਦਿੰਦੀ ਹਨ ਪਰਮਾਤਮਾ ਉਹਨਾਂ ਦੇ ਕੰਮ ਵੀ ਆਪ ਕਰਦਾ ਹੈਗਾ ਇਸ ਤੋਂ ਬਾਅਦ ਅਗਲਾ ਪੁਆਇੰਟ ਹੈ ਪਰਮਾਤਮਾ ਚਰ ਸਥਾਈ ਹੈ ਗੁਰੂ ਜੀ ਨੇ ਦੱਸਿਆ ਕਿ ਪਰਮਾਤਮਾ ਚਰ ਸਥਾਈ ਆ ਅਰਥਾਤ ਸਦਾ ਰਹਿਣ ਵਾਲਾ ਹੈ ਬਾਕੀ ਸਭ ਕੁਝ ਨਾਸਵਾਨ ਹੈ ਠੀਕ ਹੈ ਜੀ ਇਸ ਤੋਂ ਬਾਅਦ ਅਗਲਾ ਪੁਆਇੰਟ ਹੈ ਪਰਮਾਤਮਾ ਦੀ ਦਇਆ ਮਿਹਰ ਅਤੇ ਸਹਾਇਤਾ ਗੁਰੂ ਨਾਨਕ ਦੇਵ ਜੀ ਨੇ ਉਪਦੇਸ਼ ਦਿੱਤਾ ਕਿ ਮਨੁੱਖ ਨੂੰ ਪਰਮਾਤਮਾ ਦੀ ਮਿਹਰ ਦਇਆ ਅਤੇ ਸਹਾਇਤਾ ਪਾਉਣ ਦੇ ਲਈ ਉਸ ਦਾ ਸਿਮਰਨ ਕਰਨਾ ਚਾਹੀਦਾ ਹੈ ਠੀਕ ਹੈ ਜੀ ਜੇਕਰ ਆਪਾਂ ਨੇ ਪਰਮਾਤਮਾ ਨੂੰ ਪਾਉਣਾ ਹੈ ਤਾਂ ਉਸ ਦੇ ਲਈ ਆਪਾਂ ਨੂੰ ਉਹਨਾਂ ਦਾ ਸਿਮਰਨ ਕਰਨਾ ਪਊਗਾ ਯਾਨੀ ਕਿ ਆਪਾਂ ਨੂੰ ਬਾਣੀ ਦੇ ਨਾਲ ਲੱਗਣਾ ਪਊਗਾ ਤਾਂ ਇਹ ਜਿਹੜਾ ਤੁਹਾਡਾ ਆਨਸਰ ਹੈ ਇਸ ਨੂੰ ਨੋਟ ਕਰ ਲੈਣਾ ਹੈ ਠੀਕ ਹੈ ਜੀ ਇੰਨਾ ਕੀ ਤੁਹਾਡਾ ਆਨਸਰ ਹੈ ਇਸ ਤੋਂ ਅੱਗੇ ਆਇਆ ਜਾਏਗਾ ਲੋਕਤੰਤਰ ਦੇ ਰਾਹ ਵਿੱਚ ਹਾਲੀਆ ਮੁੱਖ ਰੁਕਾਵਟਾਂ ਠੀਕ ਹੈ ਜੀ ਹੇਠ ਲਿਖੀਆਂ ਨੇਗੀਆਂ ਠੀਕ ਹੈ ਜੀ ਸੰਸਾਰ ਵਿੱਚ ਲੋਕਤੰਤਰ ਸਭ ਤੋਂ ਵੱਡੀ ਯਾਨੀ ਵੱਧ ਪ੍ਰਾਚੀਨ ਸੰਸਾਦਨ ਵਿਵਸਥਾ ਹੈ ਪਰ ਇਸ ਦੇ ਸਫਲਤਾਪੂਰਵਕ ਰੂਪ ਨਾਲ ਚਲਾਉਣ ਦੇ ਰਸਤੇ ਵਿੱਚ ਕੁਝ ਰੁਕਾਵਟਾਂ ਹਨ ਜਿੰਨਾਂ ਦਾ ਵਰਨਨ ਇਸ ਪ੍ਰਕਾਰ ਹੈ ਠੀਕ ਹੈ ਜਾਤੀਵਾਜਤ ਸੰਪਰਦਾਇਕਤਾ ਠੀਕ ਹੈ ਜੀ ਇਸ ਨੂੰ ਤੁਸੀਂ ਨੇ ਪੜ੍ਹ ਲੈਣਾ ਜਿਵੇਂ ਕਿ ਦਿੱਤਾ ਹੋਇਆ ਹੈ ਪੁਆਇੰਟ ਨੋਟ ਕਰ ਲਓ ਇਸ ਨੇ ਵੀਡੀਓ ਰੋਕ ਕੇ ਇਸ ਤੋਂ ਬਾਅਦ ਹੈ ਖੇਤਰਵਾਦ ਖੇਤਰਵਾਦ ਦਾ ਅਰਥ ਹੈ ਮਤਲਬ ਖੇਤਰਵਾਦ ਦਾ ਉਰੇ ਤੋਂ ਲੈ ਕੇ ਉਰੇ ਤੱਕ ਅਮ ਮੂਰੇ ਜਿਹੜਾ ਹੈ ਬਣਾਇਆ ਹੁੰਦਾ ਹੈਗਾ ਹੈਡਿੰਗ ਹੁੰਦੀ ਹੈ ਇਸ ਦੀ ਠੀਕ ਹੈ ਜੀ ਪੁਆਇੰਟ ਦੀ ਇਸ ਤੋਂ ਤੀਜਾ ਹੈਗਾ ਅਨਪੜਤਾ ਠੀਕ ਹੈ ਜੀ ਇਸ ਨੂੰ ਤੁਸੀਂ ਨੇ ਪੜ੍ਹ ਲੈਣਾ ਇੱਕ ਵਾਰ ਮੈਂ ਤੁਹਾਨੂੰ ਦਿਖਾ ਦਾਨਾਗਾ ਹਾਂਜੀ ਇਸ ਨੂੰ ਦੇਖ ਲੈਣਾਗਾ ਠੀਕ ਹੈ ਜੀ ਇਸ ਤੋਂ ਬਾਅਦ ਅਗਲੇ ਪੁਆਇੰਟ ਨੇਗੇ ਮਤਲਬ ਅੱਗੇ ਆ ਗਿਆ ਚੌਥਾ ਬਿਮਾਰ ਵਿਅਕਤੀ ਠੀਕ ਹੈ ਜੀ ਇਸ ਤੋਂ ਬਾਅਦ ਹੈਗਾ ਪੰਜਵਾਂ ਉਦਾਸਿਨ ਜਨਤਾ ਠੀਕ ਹੈ ਜੀ ਇਹ ਸੀਗੀਆਂ ਜਿਹੜੀਆਂ ਗੁਰੂਕਾਉਟ ਸੀਗੀਆਂ ਜਿਹੜੀਆਂ ਲੋਕਤੰਤਰ ਦੇ ਰਾਹ ਵਿੱਚ ਆਉਂਦੀਆਂ ਨੇਗੀਆਂ ਤਾਂ ਇਹਨਾਂ ਨੂੰ ਤੁਸੀਂ ਨਹੀਂ ਇਹ ਪੜ ਲੈਣਾ ਇਸ ਦੇ ਨਾਲ ਜਿਹੜੇ ਤੁਹਾਡੇ ਕੌਨਸਲ ਕੰਪਲੀਟ ਹੋ ਰਹੇ ਨੇਗੇ ਇਸ ਤੋਂ ਬਾਅਦ ਅੱਗੇ ਆਪਾਂ ਦੇਖਦੇ ਹਾਂ ਕਿ ਕੀ ਹੈ ਅੱਗੇ ਸ਼ਾਇਦ ਤੁਹਾਨੂੰ ਉਹ ਪੈਰੇ ਵਿੱਚੋਂ ਲੱਭ ਕੇ ਤੁਸੀਂ ਨੂੰ ਉੱਤਰ ਦੇਣੇ ਨੇ ਹਾਂਜੀ ਉਹੀ ਹੈਗਾ ਠੀਕ ਹੈ ਜੀ ਆਪਣੇ ਉਰੇ ਤੱਕ ਕਰ ਲੈਣੇਗੇ ਠੀਕ ਹੈ ਜੀ ਆਪਾਂ ਇੱਕ ਮਿੰਟ ਆਪਾਂ ਉਰੇ ਤੱਕ ਕਰ ਲੈਨੇ ਲੋਕਤੰਤਰ ਦੇ ਰਾਹ ਵਿੱਚ ਆਉਣ ਵਾਲੀਆਂ ਠੀਕ ਹੈ ਜੀ ਮੁੱਖ ਰਿਕਾਉਟਾਂ ਇਸ ਤੋਂ ਬਾਅਦ ਹੈਗਾ ਭਾਰਤ ਇੱਕ ਧਰਮ ਨਿਰਪੱਖ ਦੇਸ਼ ਹੈ ਵਿਆਖਿਆ ਕਰੋ ਜਿਹੜਾ ਇਹ ਪੁਆਇੰਟ ਇਹ ਕੌਂਸਨਾ ਦਾ 5 ਮਈ ਤੁਸੀਂ ਆਪਣੀ ਬੁੱਕ ਵਿੱਚੋਂ ਇਹ ਕਰ ਲੈਣਾਗਾ ਤੇ ਪਹਿਲਾਂ ਵੀ ਕਰਦੇ ਨਾ ਪਰਵਾਸ ਦੇ ਕੀ ਕੀ ਮੁਕ ਕਰਨੇਗੇ ਇਹ ਤੁਹਾਨੂੰ ਤੁਹਾਡੀ ਜਿਹੜੀ ਬੁੱਕ ਵਿੱਚ ਉਹ ਆਸਾਨੀ ਦੇ ਨਾਲ ਇਹ ਮਿਲ ਜਾਣਗੇ ਠੀਕ ਹੈ ਜੀ ਨੋਟ ਕਰ ਲਓ ਇਹਨਾਂ ਸਾਰਿਆਂ ਨੂੰ ਅਤੇ ਇਹ ਚੰਗੀ ਤਰ੍ਹਾਂ ਇਹਨਾਂ ਸਾਰਿਆਂ ਨੂੰ ਜਿਹੜਾ ਹੈਗੇ ਨੇ ਉਹ ਪੜ ਲੈਣਾਗਾ ਠੀਕ ਹੈ ਜੀ ਤਾਂ ਇਸ ਤੋਂ ਬਾਅਦ ਆਪਾਂ ਅਗਲੇ ਪ੍ਰਸ਼ਨ ਦੇਖਦੇ ਆਂਗੇ ਅਗਲਾ ਪ੍ਰਸ਼ਨ ਹੈਗਾ ਭਾਗ ਹਾ ਹਾ ਦੇ ਵਿੱਚ ਠੀਕ ਹੈ ਜੀ ਪੰਜ ਸਰੂਤ ਅਧਾਰਿਤ ਪ੍ਰਸ਼ਨ ਜਾਨਕੀ ਆਪਨਾ ਕੌਂਸ਼ਨ ਦਿੱਤੇ ਹੋਏ ਨੇਗੇ ਚਾਰ ਇਹਨਾਂ ਚਾਰਾਂ ਨੂੰ ਆਪਣੇ ਪੈਰੇ ਵਿੱਚੋਂ ਲੱਭਣਾਗਾ ਚਲੋ ਮੈਂ ਤੁਹਾਨੂੰ ਲੱਭ ਕੇ ਦਿਖਾਉਣਾਗਾ ਇਹ ਪੈਰਾ ਜਿਹੜਾ ਹੁੰਦਾਗਾ ਐਸਐਸਟੀ ਦੇ ਵਿੱਚ ਜਾਨਕੀ ਸਮਾਜਿਕ ਵਿਗਿਆਨ ਦੇ ਵਿੱਚ ਇਹ ਵੈਰੀ ਵੈਰੀ ਸਿੰਪਲ ਹੁੰਦਾ ਚਲੋ ਮੈਂ ਤੁਹਾਨੂੰ ਦਿਖਾਉਣਾਗਾ ਉੱਪਰ ਦਿੱਤੇ ਪੈਰੇ ਨੂੰ ਪੜ੍ਹ ਕੇ ਹੇਠ ਲਿਖੀ ਪ੍ਰਸ਼ਨਾਂ ਦੇ ਉੱਤਰ ਲਿਖੋ ਵੈਰੀ ਵੈਰੀ ਸਿੰਪਲ ਆ ਗੰਗਾ ਨਦੀ ਭਾਰਤ ਦੀ ਸਭ ਤੋਂ ਵੱਧ ਪਵਿੱਤਰ ਨਦੀ ਮੰਨੀ ਜਾਂਦੀ ਹੈ ਇਸ ਤਰ੍ਹਾਂ ਤੁਸੀਂ ਨੇ ਪਹਿਲਾਂ ਸਭ ਤੋਂ ਪਹਿਲਾਂ ਇਹ ਪੈਰਾ ਪੜ੍ਹਨਾ ਗੰਗਾ ਉੱਤਰਾਖੰਡ ਵਿੱਚ ਗੰਗੋਤਰੀ ਠੀਕ ਹੈ ਜੀ ਗੋਮੁਖ ਹਿਮਨੰਦੀ ਤੋਂ ਜਨਮ ਲੈਂਦੀ ਹੈ ਇਸ ਦੀ ਮੁੱਖ ਧਾਰਾ ਨੂੰ ਭਾਗਰਤੀ ਕਿਹਾ ਜਾਂਦਾ ਹੈ ਠੀਕ ਹੈ ਜੀ ਦਿਵ ਪ੍ਰਯੰਗ ਠੀਕ ਹੈ ਜੀ ਵਿਖੇ ਅਲੰਕਰਕੰਦਾ ਨਾਲ ਸੰਗਮ ਮੰਗਾ ਠੀਕ ਹੈ ਜੀ ਤੋਂ ਪਾ ਦੇ ਇਸ ਨੂੰ ਗੰਗਾ ਦਾ ਨਾਮ ਦਿੱਤਾ ਗਿਆ ਠੀਕ ਹੈ ਜੀ ਤਾਂ ਆਪਾਂ ਦੇਖਦੇ ਹਾਂ ਪਹਿਲਾ ਪੁਆਇੰਟ ਜਿਵੇਂ ਕਿ ਪਹਿਲਾ ਕੁਐਸਚਨ ਹੈ ਭਾਰਤ ਦੀ ਸਭ ਤੋਂ ਵੱਧ ਪਵਿੱਤਰ ਨਦੀ ਕਿਹਨੂੰ ਮੰਨਿਆ ਜਾਂਦਾ ਹੈ ਮਤਲਬ ਗੰਗਾ ਨਦੀ ਹੈ ਜਿਹੜੀ ਉਹ ਭਾਰਤ ਦੀ ਸਭ ਤੋਂ ਪਵਿੱਤਰ ਨਦੀ ਮੰਨੀ ਜਾਂਦੀ ਹੈ ਮਤਲਬ ਗੰਗਾ ਨਦੀ ਤਾਂ ਇਹ ਤੁਹਾਡਾ ਪਹਿਲੇ ਦਾ ਆਨਸਰ ਹੈ ਨੋਟ ਕਰ ਲਓ ਇਸ ਤੋਂ ਬਾਅਦ ਦੂਜਾ ਹੈਗਾ ਗੰਗਾ ਨਦੀ ਕਿੱਥੋਂ ਜਨਮ ਲੈਂਦੀ ਹੈ ਗੰਗਾ ਨਦੀ ਹੈ ਜਿਹੜੀ ਉਹ ਹਾਂਜੀ ਇਹ ਲੈਂਦੀ ਹੈ ਉੱਤਰਾਖੰਡ ਵਿੱਚ ਗੰਗੋਤਰੀ ਗੋਮੁਕਈ ਹਿਮਨਦੀ ਠੀਕ ਹੈ ਹਿਮਨਦੀ ਤੋਂ ਜਨਮ ਲੈਂਦੀ ਹੈ ਮਤਲਬ ਤੁਸੀਂ ਉਰੇ ਉਰੋਂ ਤੱਕ ਉਰੇ ਤੱਕ ਲਿਖ ਦੇਣਾਗੇ ਇਹ ਸਾਰਾ ਲਿਖ ਦੇਣਾ ਹੈ ਦੂਜਾ ਹੋ ਗਿਆ ਤੁਹਾਡਾ ਤੀਜਾ ਹੈਗਾ ਗੰਗਾ ਦੀ ਮੁੱਖ ਧਾਰਾ ਕੀ ਮੁੱਖ ਧਾਰਾ ਨੂੰ ਕੀ ਕਿਹਾ ਜਾਂਦਾ ਹੈ ਗੰਗਾ ਦੀ ਮੁੱਖ ਧਾਰਾ ਨੂੰ ਕੀ ਕਿਹਾ ਜਾਂਦਾ ਹੈ ਉਸ ਨੂੰ ਕਿਹਾ ਜਾਂਦਾ ਹੈਗਾ ਹਾਂਜੀ ਭਾਗੀਰਥੀ ਭਾਗੀਰਥੀ ਕਿਹਾ ਜਾਂਦਾ ਹੈ ਤੁਹਾਡਾ ਤੀਜਾ ਹੋ ਗਿਆ ਇਹਦਾ ਚੌਥਾ ਹੈਗਾ ਗੰਗਾ ਦਾ ਅਲੰਕਨੰਦ ਨਾਲ ਸੰਗਮ ਕਿੱਥੇ ਹੁੰਦਾ ਹੈ ਕਿੱਥੇ ਹੁੰਦਾਗਾ ਜਿਹੜਾ ਲੰਕਨੰਦ ਨਾਲ ਉਹ ਦੇਖਦੇ ਆਪਾਂ ਦੇ ਪੂਰਵਖੇ ਹਾਂਜੀ ਆ ਲ ਆ ਗਿਆ ਠੀਕ ਹੈ ਜੀ ਦੇਵ ਪ੍ਰਿਆੰਗ ਵਿਖੇ ਠੀਕ ਹੈ ਜੀ ਦੇਵ ਪ੍ਰਿਆੰਗ ਵਿਖੇ ਜਿਹੜਾ ਉਸ ਦਾ ਅਲੰਕਨਗਾ ਨਾਲ ਸੰਗਮ ਹੁੰਦਾ ਹੈ ਠੀਕ ਹੈ ਜੀ ਇਹ ਤੁਹਾਡਾ ਅਉਂਚਨ ਹੋ ਗਏ ਨੇ ਮਤਲਬ ਪਹਿਲਾ ਦੂਜਾ ਤੀਜਾ ਚੌਥਾ ਵੈਰੀ ਵੈਰੀ ਸਿੰਪਲ ਚੀਜ਼ ਤੁਸੀਂ ਦੇਖ ਲਿਆ ਤਾਂ ਬਿਨਾ ਆਸਾਨੀ ਤਰੀਕੇ ਨਾਲ ਤੁਹਾਨੂੰ ਇਹ ਲੱਭ ਜਾਣਗੇ ਇਸ ਦਵਾ ਸੇਮੇ ਨੰਬਰ ਤੇ ਆ ਰਿਹਾ ਹੈਗਾ ਉੜੇ ਨੰਬਰ ਆ ਜਿਵੇਂ ਕਿ ਦੇਖ ਸਕਦੇ ਸੀ ਭਾਰ ਦੇ ਨਕਸ਼ੇ ਵਿੱਚ ਕੋਈ ਚਾਰ ਸਥਾਨ ਦਿਖਾਓ ਪੰਜਾਬ ਮਾਰੂਥਲੀ ਨਿਪਤੀ ਗੰਗਾ ਨਦੀ ਠੀਕ ਹੈ ਜੀ ਇਹ ਚੀਜ਼ਾਂ ਦਿਖਾਉਣੀਆਂਗੇ ਭਾਰ ਦੇ ਨਕਸ਼ੇ ਦੇ ਵਿੱਚ ਅਤੇ ਤੁਹਾਨੂੰ ਦੋ ਨਕਸ਼ੇ ਆਉਣਗੇ ਇੱਕ ਆਊਗਾ ਤੁਹਾਨੂੰ ਵੰਡ ਤੋਂ ਪਹਿਲਾਂ ਦੇ ਪੰਜਾਬ ਦੇ ਨਕਸ਼ੇ ਵਿੱਚ ਕੋਈ ਚਾਰ ਸਥਾਨ ਦਿਖਾਓ ਮਤਲਬ ਨਦੀਆਂ ਦਿਖਾਉਣੀ ਆਣੀਆਂ ਗਈਆਂ ਉੱਥੇ ਤੁਹਾਨੂੰ ਸ਼ਹਿਰ ਵੀ ਕਹਿ ਸਕਦੇ ਹੋ ਨਾ ਸ਼ਹਿਰ ਵੀ ਦਿਖਾ ਦਿਓ ਤਾਂ ਇਹ ਆਪਾਂ ਦੇਖਦੇ ਹਾਂ ਕਿ ਕਿੰਨੇ ਨੰਬਰ ਦੇਣਗੇ ਇਹ ਤੁਹਾਨੂੰ ਜਿਵੇਂ ਕਿੰਨੇ ਕਿਹਾ ਕੋਈ ਚਾਰ ਸਥਾਨ ਮਤਲਬ ਤੁਹਾਨੂੰ ਚਾਰ ਸਥਾਨ ਦਿਖਾਉਣੇ ਨੇ ਚਾਰ ਹੀ ਹੋਣਗੇ ਤੇ ਚਾਰ ਚਾਰ ਨੰਬਰ ਦੇ ਹੋਣਗੇ ਮਤਲਬ ਜਿਹੜੇ ਦੋਨੇ ਮੈਪ ਹੋਣਗੇ ਤੁਹਾਨੂੰ 8 ਨੰਬਰ ਦੇ ਹੋ ਜਾਣਗੇ ਚਾਰ ਚਾਰ ਦੇ ਤਾਂ ਜੇਕਰ ਤੁਹਾਨੂੰ ਮੈਪ ਦੀ ਵੀਡੀਓ ਚਾਹੀਦੀ ਹੈਗੀ ਮੈਪ ਦੀ ਵੀਡੀਓ ਮੈਂ ਤੁਹਾਡੇ ਨਾਲ ਅੱਡ ਬਣਾ ਦੂੰਗਾ ਤਾਂ ਨੀਚੇ ਇੱਕ ਵਾਰੀ ਕਮੈਂਟ ਬਾਕਸ ਵਿੱਚ ਮੈਪ ਜ਼ਰੂਰ ਲਿਖ ਦੇਣਾ ਜੇਕਰ ਮੈਪ ਲਿਖੇ ਦੀ ਗਿਣਤੀ ਜ਼ਿਆਦਾ ਹੋਊਗੀ ਮੈਂ ਤਾਂ ਤੁਹਾਡੇ ਨਾਲ ਜਿਹੜੀ ਉਹ ਵੀਡੀ ਜਲਦੀ ਨੀਚੇ ਕਮੈਂਟ ਬਾਕ ਵਿੱਚ ਮੈਂ ਆਪ ਜਰੂਰ ਲਿਖ ਦਣਾ ਮੈਂ ਤਾਂ ਤੁਹਾਡੇ ਨਾਲ ਵੀਡੀਓ ਪਾ ਦੂੰਗਾ ਠੀਕ ਹੈ ਜੀ ਅਤੇ ਵੀਡੀਓ ਨੂੰ ਸ਼ੇਅਰ ਜਰੂਰ ਕਰ ਦੇਣਾ ਆਪਣੇ ਦੋਸਤਾਂ ਮਿੱਤਰਾਂ ਤੱਕ ਅਤੇ ਇਹ ਤੁਹਾਡੇ ਨਾਲ ਇੱਕ ਸੈਂਪਲ ਪੇਪਰ ਨੰਬਰ 1 ਸੀ ਅਤੇ ਮੈਂ ਤੁਹਾਡੇ ਨਾਲ ਸੈਂਪਲ ਪੇਪਰ ਨੰਬਰ 2 ਵੀ ਸ਼ੇਅਰ ਕਰੂੰਗਾ ਇੱਕ ਵਾਰ ਨੀਚੇ ਡਿਸਕ੍ਰਿਪਸ਼ਨ ਚੈੱਕ ਕਰ ਲਓ ਜੇਕਰ ਤੁਹਾਨੂੰ ਸੈਂਪਲ ਪੇਪਰ ਨੰਬਰ 2 ਦਾ ਲਿੰਕ ਦਿਖ ਰਿਹਾ ਤਾਂ ਉੱਥੇ ਜ ਤੁਸੀਂ ਦੇਖ ਸਕਦੇ ਹੋ ਜੇਕਰ ਨਹੀਂ ਦਿਖ ਰਿਹਾ ਸੈਂਪਲ ਪੇਪਰ ਨੰਬਰ 2 ਦਾ ਲਿੰਕ ਮੈਂ ਤਾਂ ਜਲਦੀ ਮੈਂ ਆਪਣੇ ਚੈਨਲ ਤੇ ਸੈਂਪਲ ਪੇਪਰ 2 ਨੰਬਰ ਪਾ ਦੂੰਗਾ ਠੀਕ ਹੈ ਜੀ ਚੈਨਲ ਨੂੰ ਸਬਸ ਹੋ ਸਕਦਾ ਕਿ ਮੈਂ ਜਿਹੜਾ ਮੈਪ ਆ ਤੁਹਾਡਾ ਹੈਗਾ ਇਹ ਅਤੀਹੀ ਮੈਂ ਤੁਹਾਡਾ ਟੈਲੀਗ੍ਰam ਗਰੁੱਪ ਦੇ ਪਾ ਦੇਮਾ ਟੈਲੀਗ੍ਰam ਗਰੁੱਪ ਦਾ ਲਿੰਕ ਮੈਂ ਨੀਚੇ ਡਿਸਕ੍ਰਿਪਸ਼ਨ 'ਚ ਦਿੱਤਾ ਹੋਇਆ ਹੈਗਾ ਉਥੇ ਇਕ ਲਿੰਕ ਨੂੰ ਕਲਿੱਕ ਕਰੋ ਅਤੇ ਆਪਣੇ ਟੈਲੀਗ੍ਰam ਗਰੁੱਪ ਨੂੰ ਜੁਆਇਨ ਕਰੋ ਉਥੇ ਤੁਹਾਨੂੰ ਇਹ ਇਸ ਪੇਪਰ ਦਾ ਪੀਡੀਐਫ ਵੀ ਮਿਲ ਜੂਗਾ ਠੀਕ ਹੈ ਜੀ ਮਿਲਦੇ ਆ ਤੁਹਾਨੂੰ ਅਗਲੀ ਵੀਡੀਓ ਦੇ ਨਾਲ ਤਤਕਲੀ ਧੰਨਵਾਦ